ਕੋਈ ਐਦਾਂ ਦੀ ਗੱਡੀ ਹੈ ਜਿਹੜੀ ਕਿ ਮੁੰਡਿਆਂ ਨੂੰ ਬਹੁਤ ਪਸੰਦ ਆ ਕੁੜੀਆਂ ਨੂੰ ਯੂਥ ਨੂੰ ਜਿਹੜੇ ਮੇਰੇ ਵਰਗੇ ਕੋਈ ਹੈਗੇ ਮੇਰੀ ਉਮਰ ਦੇ ਉਹਨਾਂ ਨੂੰ ਵੀ ਬੜੀ ਜ਼ਿਆਦਾ ਪਸੰਦ ਆ ਯਾਨੀ ਕਿ ਬੰਦੇ ਤੇ ਤੁਸੀਂ 50 60 ਸਾਲ ਦੀ ਉਮਰ ਤੱਕ ਵੀ ਲੋਕਾਂ ਨੂੰ ਪਸੰਦ ਆ ਜਿਹੜੇ ਇਕੱਲੇ ਟਰੈਵਲ ਕਰਦੇ ਆ ਪਰ ਜੇ ਤੁਹਾਡੇ ਘਰ ਦੇ ਤੁਹਾਡੇ ਨਾਲ ਬਹਿੰਦੇ ਆ ਫਿਰ ਤੇ ਤੁਹਾਨੂੰ ਘਰ ਤੋਂ ਮਿਲਨੀ ਆ ਜੇ ਗਾਲਾਂ ਹੀ ਇਸ ਵੀਡੀਓ ਤੇ ਇਹ ਕਲੀਅਰ ਕਰਨਾ ਚਾਹੁੰਦਾ ਕਿ ਇੱਕ ਤੇ ਸੱਚੀ ਪ੍ਰੈਕਟੀਕਲ ਕਾਰ ਹੈ ਜਾਂ ਨਹੀਂ ਹੈ ਕਿਉਂਕਿ 17000 ਤੇ 538 ਕਿਲੋਮੀਟਰ ਚੱਲ ਚੁੱਕੀ ਹੈ ਮੈਟ ਆ ਇਹ ਮੈਟ ਸਭ ਤੋਂ ਬੇਕਾਰ ਮੈਟ ਰਹੀ ਆ ਤੇ ਆਪਾਂ ਵੀ ਚੇਂਜ ਕਰਾ ਦਨੇ ਜੇ ਗੱਡੀ ਰੱਖੀ ਇਹ ਜਿਹੜੇ ਫੁੱਟ ਰੈਸਟ ਤੁਸੀਂ ਦੇਖ ਰਹੇ ਹੋ ਇਹ ਬਹੁਤ ਹਲਕੀ ਕੁਆਲਿਟੀ ਦੇ ਆ ਫੋਰਚਨਰ ਦੇ ਮੁਕਾਬਲੇ ਜਦੋਂ ਆਪਾਂ ਇਦਾਂ ਚੜਨੇ ਆ ਨਾ ਤੇ ਪੂਰਾ ਲਿਫਦੇ ਆ 10-15 ਕਿਲੋਮੀਟਰ ਸਫਰੀ ਕਰਦੇ ਆ ਤੇ ਇਹ ਸ਼ੀਸ਼ਾ ਜਿਹੜਾ ਪੂਰਾ ਗੰਦਾ ਹੋ ਜਾਂਦਾ ਬਾਰ-ਬਾਰ ਜਿਹੜਾ ਇਹਨੂੰ ਵਾਈਪਰ ਯੂਜ਼ ਕਰਨੇ ਪੈਂਦੇ ਆ ਇਸ ਕਾਰਨ ਕਰਕੇ ਇਹ ਵਾਈਪਰ ਜਿਹੜੇ ਆ ਇਹ ਬਹੁਤ ਛੇਤੀ ਇਹਦੇ ਖਰਾਬ ਹੋ ਜਾਂਦੇ ਆ ਜਿੰਨਾ ਮਰਜ਼ੀ ਆਪਾਂ ਬਜਾ ਕਰ ਲਈਏ ਜੇ ਇੱਕ ਅੱਧੀ ਬੂੰਦ ਵੀ ਇੱਥੇ ਪੈ ਗਈ ਆ ਨਾ ਥੱਲੇ ਇਹ ਉਸੇ ਟਾਈਮ ਸਾਰਾ ਚਟਾ-ਚਟਾ ਕਰ ਦਿੰਦਾ ਬੰਪਰ ਵੀ ਸਾਰਾ ਚਟਾ-ਚਟਾ ਕਰ ਦਿੰਦਾ ਡੈਫ ਦਾ ਇਦਾਂ ਦਾ ਹਿਸਾਬ-ਤਬਾਬ ਜਾਂਦਾ ਕੈਮੀਕਲ ਇਦਾਂ ਦਾ ਹੁੰਦਾ ਸਾਰਾ ਚਟਾ ਕਰ ਦਿੰਦਾ ਜੇ ਤੁਸੀਂ ਚਾਰ ਬੰਦਿਆਂ ਨੇ ਨਾਲ ਸਮਾਨ ਖੜਨਾ ਫਿਰ ਤਾਂ ਤੁਸੀਂ ਭੁੱਲ ਜੋ ਸਮਾਨ ਨਹੀਂ ਨਾਲ ਖੜ ਸਕਦੇ ਦੋਸਤੋ ਇਸ ਵੀਡੀਓ ਚ ਥਾਰ ਦਾ ਰਿਵਿਊ ਦਵਾਂਗੇ ਥਾਰ ਕਿਹੜੀ ਥਾਰ 3 ਡੋਰ ਆਰ ਡਬਲਯੂ ਡੀ ਥਾਰਾ ਥਾਰ ਤੇਲ ਕਿੰਨਾ ਖਾ ਰਹੀ ਹੈ ਇਸ ਟਾਈਮ ਐਵਰੇਜ ਕਿੰਨੀ ਦੇ ਰਹੀ ਹੈ ਕਿਉਂਕਿ ਇਹ ਚੱਲ ਚੁੱਕੀ ਹੈ 18000 ਅਪਰੋਕਸ 17000 ਸੰਪਤੀ ਕਿ ਥੋੜੀ ਜਿਹੀ ਹੋਰ ਚੱਲੀ 18000 ਕਿਲੋਮੀਟਰ ਹੋ ਜਾਣੀ ਆ ਵੱਡੀ ਗੱਲ ਆ ਕਿ ਤੇਲ ਦਾ ਤੁਹਾਨੂੰ ਮੈਂ ਦੱਸਣਾ ਕਿਉਂਕਿ ਮੈਂ ਤੁਹਾਨੂੰ ਜਦੋਂ ਇਹ ਗੱਡੀ ਪਰਚੇਸ ਕੀਤੀ ਸੀ ਉਦੋਂ ਤੁਹਾਨੂੰ ਇੱਕ ਗੱਲ ਸ਼ੇਅਰ ਕੀਤੀ ਸੀ ਤੁਹਾਡੇ ਨਾਲ ਕਿ ਜਦੋਂ ਇਹ ਗੱਡੀ ਆਪਾਂ 10000 ਚਲਾ ਲਾਂਗੇ ਫਿਰ ਤੁਹਾਨੂੰ ਰਿਵਿਊ ਦਵਾਂਗੇ ਪਰ ਸਮੇਂ ਦੀ ਕਮੀ ਹੋਣ ਕਾਰਨ 10000 ਵਾਲਾ ਰਿਵਿਊ ਨਹੀਂ ਦੇ ਸਕੇ ਸੋ ਉਹ ਵਧੀਆ ਹੋ ਗਿਆ ਹੁਣ ਇਸ ਟਾਈਮ ਚੱਲ ਚੁੱਕੀ ਆ 18000 ਮਤਲਬ 18 ਰਹਿਣ ਵਾਲੀ ਆ ਹੁਣ ਤੁਹਾਨੂੰ ਐਗਜ਼ੈਕਟ ਦੱਸ ਦਾਂਗਾ ਔਰ ਇਸ ਵੀਡੀਓ ਚ ਤੁਹਾਨੂੰ ਕਲੀਅਰ ਕਰ ਦਾਂਗਾ ਕਿ ਇਹ ਗੱਡੀ ਦੇ ਵਿੱਚ ਕਮੀਆਂ ਕੀ ਨੇ ਚੰਗੀਆਂ ਚੀਜ਼ਾਂ ਕੀ ਨੇ ਸਾਰੀਆਂ ਚੀਜ਼ਾਂ ਕਲੀਅਰ ਕਰ ਦਵਾਂਗਾ ਇਹ ਗੱਡੀ ਲੈਣ ਦਾ ਕਿਸੇ ਆਮ ਬੰਦੇ ਨੂੰ ਕੋਈ ਫਾਇਦਾ ਹੈ ਵੀ ਹੈ ਜਾਂ ਨਹੀਂ ਤੇ ਜਾਂ ਸਿਰਫ ਇੱਕ ਦਿਖਾਵਾ ਇਹ ਸਾਰੀਆਂ ਚੀਜ਼ਾਂ ਆਪਾਂ ਕਲੀਅਰ ਕਰਾਂਗੇ ਜਦੋਂ ਆਪਾਂ ਗੱਡੀ ਪਰਚੇਸ ਕੀਤੀ ਸੀ ਉਦੋਂ ਮੈਂ ਤੁਹਾਨੂੰ ਦੱਸਿਆ ਸੀ ਕਿ ਇਹ ਚ ਆਪਾਂ ਐਕਸਟਰਾ ਕੋਈ ਕੰਮ ਨਹੀਂ ਕਰਵਾਇਆ ਇਸ ਟਾਈਮ ਵੀ ਗੱਡੀ ਸਾਰੀ ਸਟਾਕ ਦੀ ਆ ਐਕਸਟਰਾ ਬਹੁਤਾ ਕੁਝ ਨਹੀਂ ਕਰਾਇਆ ਇਹ ਗਰੇਲ ਆਪਾਂ ਉਦੋਂ ਹੀ ਲਵਾਈ ਸੀ ਉਦਾਂ ਹੀ ਆ ਇਹ ਬਲਬੇ ਦੇ ਵਿੱਚ 100 ਨੰਬਰ ਪਾ ਦਿੱਤੇ ਆ ਹਾਲਕਿ ਇਹਦੇ LED ਬਲਬ ਜਿਹੜੇ 300 ਵਾਟ ਦੇ ਉਹ ਲਿਆਏ ਪਏ ਹੋਏ ਨੇ ਘਰ ਉਹ ਸਿਰਫ ਇੰਸਟਾਲ ਨਹੀਂ ਕਰਵਾਏ ਬਾਕੀ ਹੋਰ ਸਾਰੀਆਂ ਚੀਜ਼ਾਂ ਸਟਾਕ ਦੀਆਂ ਨੇ ਤੇ ਜੇ ਆਪਾਂ ਇਹਦੀ ਕਮੀ ਦੀ ਗੱਲਬਾਤ ਕਰੀਏ ਤੇ ਇੱਕ ਤੁਹਾਨੂੰ ਮੈਂ ਦੱਸ ਦੇਣਾ ਕਿ ਜਿਵੇਂ ਹੁਣ 18000 ਕਿਲੋਮੀਟਰ ਚੱਲ ਚੁੱਕੀ ਆ ਠੀਕ ਹੈ ਤੇ ਟਾਇਰਾਂ ਦੀ ਕੰਡੀਸ਼ਨ ਜਿਹੜੀ ਆ ਉਹ ਹਜੇ ਬਿਲਕੁਲ ਉਦਾਂ ਹੀ ਬਰਕਰਾਰ ਆ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਉਦਾਂ ਦੀ ਉਦਾਂ ਹੀ ਖੜੀ ਆ ਮਾੜੇ ਮੋਟੇ ਹੀ ਕਸੇ ਨੇ ਤੇ ਇੱਕ ਜਿਹੜਾ ਕਲਰ ਦੀ ਗੱਲ ਆ ਜਾਂਦੀ ਹੈ ਕਿ ਇਹ ਵੀ ਇੱਕ ਸਵਾਲ ਕਰਦੇ ਕਲਰ ਦੀ ਕੰਡੀਸ਼ਨ ਕਿਦਾਂ ਦੀ ਰਹੀ ਹੈ ਕਿਉਂਕਿ ਡਾਰਕ ਕਲਰ ਜਿਹੜੇ ਹੁੰਦੇ ਹਨ ਉਹਨਾਂ 'ਚ ਸਕਰੈਚ ਬਹੁਤ ਪੈਂਦੀ ਹੈ ਆਪਾਂ ਇਹਦੇ ਤੇ ਕੋਈ ਕੋਟਿੰਗ ਨਹੀਂ ਕਰਾਈ ਕੋਟਿੰਗ ਤੁਸੀਂ ਦੇਖ ਸਕਦੇ ਕੋਈ ਨਹੀਂ ਕਰਵਾਈ ਉਹਦਾ ਕਾਰਨ ਕੀ ਹੈ ਕਿ ਕੋਟਿੰਗ ਤੇ ਵੀ ਦਿਨ ਜਿਹੜੇ ਬਹੁਤੇ ਜ਼ਿਆਦਾ ਹੁੰਦੇ ਨਹੀਂ ਆ ਇਹਨਾਂ ਚੀਜ਼ਾਂ ਨੂੰ ਆਪਾਂ ਬਹੁਤਾ ਕੋਈ ਲਾਈਕ ਨਹੀਂ ਕਰਦੇ ਇਹ ਲਾਈਟ ਦੇ ਉੱਤੇ ਆਪਾਂ ਇਹ ਲਿਮਟ ਜੇ ਲਵਾਤੇ ਹੀ ਆ ਸ਼ੋਸ਼ਾ ਜਿਹਾ ਪਿਆਨੋ ਫਿਨਿਸ਼ਿੰਗ ਜੀ ਕਰਾਤੀ ਐਵੇਂ ਐਵੇਂ ਕਰਾਤੀ ਕਿਉਂਕਿ ਉਹ ਮੇਰਾ ਦੋਸਤ ਐਸੈਸਰੀ ਵਾਲਾ ਉਹਦੇ ਕੋਲ ਆਏ ਪਈ ਸੀ ਉਹ ਕਹਿੰਦਾ ਕੋਈ ਲਵਾਉਣੀ ਨਹੀਂ ਡਿਆ ਮੈਂ ਕਿਹਾ ਚੱਲ ਭਰਾਵਾ ਤੂੰ ਇੱਥੇ ਲਾ ਦੇ ਤੇ ਇੱਕ ਜਿਹੜਾ ਐਕਸਟਰਾ ਕੰਮ ਹੀ ਕਰਾਇਆ ਉਹ ਤੁਹਾਨੂੰ ਮੈਂ ਦੱਸ ਦਿੰਨਾ ਇਹ ਬੂਫਰ ਸਿਰਫ ਬੂਫਰ ਲਵਾਇਆ ਤੇ ਹੋਰ ਸਪੀਕਰ ਕੁਝ ਨਹੀਂ ਕਰਾਇਆ ਸਿਰਫ ਬੂਫਰ ਐਂਪਲੀਫਾਇਰ ਫਿਟ ਕਰਾਇਆ ਤੇ ਉਹਦੇ ਨਾਲ ਹੀ 뮤직 ਸਿਸਟਮ ਬਹੁਤ ਜ਼ਬਰਦਸਤ ਹੋ ਗਿਆ ਲਫਾਵੇ ਹਜੇ ਤੱਕ ਨਹੀਂ ਲੱਥੇ ਉਹਦਾ ਕਾਰਨ ਕੀ ਹੈ ਉਹ ਤੁਹਾਨੂੰ ਮੈਂ ਅੰਦਰ ਬਹਿ ਕੇ ਦੱਸਦਾ ਤੇ ਹੋਰ ਜਿਹੜੀਆਂ ਕਮੀਆਂ ਉਹ ਤੁਹਾਨੂੰ ਸਾਰੀਆਂ ਗਿਣਾਉਨੇ ਆ ਨਾਲੇ ਤੁਹਾਨੂੰ ਦੱਸ ਦਿੰਨੇ ਆ ਮੀਟਰ ਕਿੰਨਾ ਚੱਲਿਆ ਲਿਆ ਚਾਬੀ ਦੇ ਆ ਦੇਖ ਲਓ ਜੀ 17000 ਤੇ 538 ਕਿਲੋਮੀਟਰ ਚੱਲ ਚੁੱਕੀ ਹੈ 17538 450 ਹੋਰ ਚੱਲਣੀ ਹੈ 18000 ਹੋ ਜਾਣੇ ਪੂਰੇ ਇਸ ਟਾਈਮ ਇੰਟੀਰੀਅਰ ਦੀ ਕੰਡੀਸ਼ਨ ਇਦਾਂ ਦੀ ਹੈ ਹੁਣ ਇੰਟੀਰੀਅਰ ਚ ਤੁਹਾਨੂੰ ਇੱਕ ਚੀਜ਼ ਦੱਸਦਾ ਮੈਂ ਕਾਫੀ ਜ਼ਿਆਦਾ ਲੋਕਾਂ ਦੇ ਨਾ ਇਹ ਜਿਹੜੇ ਬਟਨ ਹੈ ਇਹ ਟੁੱਟ ਗਏ ਆ ਤੇ ਸਾਡੇ ਇਹ ਬਟਨ ਹਜੇ ਤੱਕ ਨਹੀਂ ਟੁੱਟੇ ਅੱਗੇ ਦਾ ਪਤਾ ਨਹੀਂ ਇਹ ਦੇਖੋ ਇਹ ਬਟਨ ਸਾਰੇ ਇਦਾਂ ਹੀ ਹੋਏ ਆ ਇਹ ਹਜੇ ਤੱਕ ਸਾਡੇ ਨਹੀਂ ਟੁੱਟੇ ਉਦਾ ਕਾਰਨ ਕੀ ਹੈ ਕਿ ਅਸੀਂ ਇਹ ਗੱਡੀ ਜਦੋਂ ਵੀ ਆਪਾਂ ਖੜਦੇ ਹਾਂ ਤੇ ਜ਼ਿਆਦਾਤਰ ਦੋ ਜਣੇ ਹੀ ਹੁੰਨੇ ਆ ਤੀਸਰਾ ਵੀ ਕੋਈ ਨਹੀਂ ਹੁੰਦਾ ਹੁਣ ਇਹ ਸੀਟਾਂ ਦੇ ਲਿਫਾਫੇ ਅਜੇ ਤੱਕ ਨਹੀਂ ਲੱਥੇ ਇਹ ਮੇਰੇ ਯਾਰ ਦੋਸਤ ਕਈ ਕਹਿੰਦੇ ਕਿ ਬਈ ਲਿਫਾਫੇ ਨਹੀਂ ਲਾਏ ਲਾ ਲਓ ਲਿਫਾਫੇ ਲਾਈਏ ਕਾਦੇ ਵਾਸਤੇ ਹੁਣ ਇੱਥੇ ਪਿੱਛੇ ਤੇ ਬਹਿੰਦਾ ਹੀ ਕੋਈ ਨਹੀਂ ਜੇ ਕੋਈ ਬਹੇ ਤੇ ਉਹਨੂੰ ਪ੍ਰੋਬਲਮ ਹੋਏ ਤੇ ਤਾਂ ਆਪਾਂ ਲਿਫਾਫਾ ਲਾਈਏ ਸੋ ਇਸ ਕਰਕੇ ਹਜੇ ਤੱਕ ਨਹੀਂ ਲੱਥੇ ਦੂਜਾ ਇਹ ਸਟੀering ਜਿਹੜਾ ਕਾਫੀ ਜ਼ਿਆਦਾਤਰ ਲੋਕਾਂ ਦਾ ਇੱਥੋਂ ਇਹ ਕਹ ਜਾਂਦਾ ਹੈ ਇਹ ਚੀਜ਼ਾਂ ਦਾ ਜੇ ਮੈਂ ਡਰਾਈਵ ਕਰਾਂ ਤੇ ਮੈਂ ਇੱਥੇ ਉਂਗਲ ਨਹੀਂ ਰੱਖਦਾ ਮੇਰੀ ਆਦਤ ਹੈ ਮੈਂ ਇੱਥੋਂ ਫੜਦਾ ਸਟੀering ਤੇ ਇਹ ਕਰਕੇ ਇਹ ਵੀ ਨਹੀਂ ਘਸਿਆ ਬੜੇ ਲੋਕਾਂ ਦਾ ਇਹ ਵੀ ਘਸ ਗਿਆ ਤੁਹਾਨੂੰ ਤਾਂ ਦੱਸਣਾ ਕਿ ਜਿਹੜੀਆਂ ਜਿਹੜੀਆਂ ਚੀਜ਼ਾਂ ਘਸਦੀਆਂ ਤੁਹਾਨੂੰ ਪਤਾ ਲੱਗ ਜਾ ਇੱਕ ਇਹ ਚੀਜ਼ ਖਾਸ ਆ ਇਹ ਸਪੇਸ ਜਿਹੜੀ ਹੈ ਨਾ ਬਾਰਡਰ ਰੱਖਣ ਵਾਲੀ ਇਹ ਚੀਜ਼ ਬੜੀ ਵਧੀਆ ਆਮ ਤੌਰ ਤੇ ਅੱਜ ਕੱਲ ਗੱਡੀਆਂ ਦੇ ਵਿੱਚ ਲੀਟਰ ਦੀ ਬੋਤਲ ਨਹੀਂ ਆਉਂਦੀ ਇੱਥੇ ਤਾਂ ਭਾਵੇਂ ਤੁਸੀਂ 1.5-2 ਲੀਟਰ ਦੀ ਬੋਤਲ ਲਾ ਲਓ ਦੂਜੀ ਜਦੋਂ ਥਾਰ ਦੀ ਇਹ ਖਾਸੀਅਤ ਆ ਇਹ ਜਿਹੜੀਆਂ ਬਾਰੀਆਂ ਨੇ ਨਾ ਖਿੜਕੀਆਂ ਤੇ ਇੱਥੇ ਆਪਾਂ ਸਿੱਧਾ ਹੀ ਪ੍ਰੈਸ਼ਰ ਮਾਰ ਕੇ ਇਹਨੂੰ ਵਾਸ਼ ਕਰ ਦਿੰਨੇ ਆ ਕਦੇ ਵੀ ਆਪਾਂ ਇਹਨੂੰ ਕੱਪੜੇ-ਕੁਪੜੇ ਨਾਲ ਉਦਾਂ ਨਹੀਂ ਮਤਲਬ ਕੀਤਾ ਸਿੱਧਾ ਪ੍ਰੈਸ਼ਰ ਮਾਰ ਕੇ ਸ਼ੈਂਪੂ ਲਾਈਦਾ ਸਾਫ਼ ਕਰ ਦਿੱਤਾ ਤੇ ਬਾਰੀ ਬਿਲਕੁਲ ਇਹ ਖਿੜਕੀ ਸਾਫ਼ ਹੋ ਜਾਂਦੀ ਹੈ ਤੇ ਇਹ ਜਿਹੜੇ ਮੈਟ ਆ ਇਹ ਮੈਟ ਸਭ ਤੋਂ ਬੇਕਾਰ ਮੈਟ ਰਹੇ ਆ ਤੇ ਆਪਾਂ ਇਹ ਵੀ ਚੇਂਜ ਕਰਾ ਦਨੇ ਜੇ ਗੱਡੀ ਰੱਖੀ ਤੇ ਇਹ ਵੀ ਚੇਂਜ ਕਰਾਵਾਂਗੇ ਮੈਟ ਸਲਿੱਪ ਕਰਦੇ ਰਹਿੰਦੀ ਹੈ ਉਹਦਾ ਕਾਰਨ ਕੀ ਹੈ ਕਿ ਇਹ ਥੱਲੋਂ ਜਿਹੜੀ ਬੋਡੀ ਹੈ ਇਹ ਵੀ ਸਾਰੀ ਪਲਾਸਟਿਕ ਦੀ ਹੈ ਇਹਦੇ ਵਿੱਚ ਕੰਬਲ ਗੁੰਬਲ ਨਹੀਂ ਆਉਂਦਾ ਕੰਬਲ ਆਉਂਦਾ ਉਹ ਕੰਬਲ ਪਿੱਛੇ ਆਉਂਦਾ ਉਹ ਤੁਹਾਨੂੰ ਦੱਸ ਦਿੰਨੇ ਕਿੱਥੇ ਆਉਂਦਾ ਰਾਈ ਜੇ ਸੀਟਾਂ ਦੀ ਗੱਲ ਆ ਸੀਟਾਂ ਇਹਦੀਆਂ ਬਹੁਤਿਆਂ ਜਿਆਦਾ ਅਨਕੰਫਰਟੇਬਲ ਆ ਅਨਕੰਫਰਟੇਬਲ ਹੋਣ ਦਾ ਕਾਰਨ ਕੀ ਆ ਕਿ ਅਸੀਂ ਹੁਣ ਮੋٹے-ਮੋਟੇ ਆ ਲਗਭਗ ਸਾਰੇ ਜਣੇ ਭਾਰੇ ਨੇ ਸੁਖਣਾ ਸ਼ਰੀਰ ਤੇ ਇਹ ਸੀਟਾਂ ਜਿਹੜੀਆਂ ਚੌੜੀਆਂ ਘੱਟ ਨੇ ਇਹ ਥੋੜੀਆਂ ਪਤਲੀਆਂ-ਪਤਲੀਆਂ ਪਰ ਕੁਛ ਨਹੀਂ ਕਿ ਠੀਕ ਆ ਫੈਬਰਿਕ ਬਹੁਤ ਸੋਹਣਾ ਗੰਦਾ ਗੁੰਦਾ ਨਹੀਂ ਹੁੰਦਾ ਜੇ ਹੋਏ ਵੀ ਤੇ ਆਪਾਂ ਹੀ ਵੈਕਿਊਮ ਮਾਰ ਕੇ ਆਪਾਂ ਸਾਫ਼ ਕਰ ਲਈਦਾ ਕੋਈ ਐਡੀਓ ਦਿੱਕਤ ਨਹੀਂ ਆਉਂਦੀ ਇੰਟੀਰੀਅ ਉਹ ਸਾਰਾ ਹੈਗਾ ਵਾਸ਼ੇਬਲ ਆ ਪਾਣੀ ਮਾਰ ਅਸੀਂ ਤਾਂ ਪਾਣੀ ਵੀ ਮਾਰ ਲੀਦਾ ਤੇ ਤੇ ਇਲੈਕਟ੍ਰੋਨਿਕ ਚੀਜ਼ਾਂ ਦਾ ਥੋੜਾ ਜਿਆ ਖਿਆਲ ਰੱਖ ਕੇ ਪਾਣੀ ਮਾਰ ਕੇ ਇਹਨੂੰ ਸਾਫ਼ ਕਰ ਲੀਦਾ ਉੱਪਰ ਵੀ ਗਿੱਲੇ ਕੱਪੜੇ ਨਾਲ ਸਾਫ਼ ਕਰ ਲੀਦਾ ਕੁਝ ਲੋਕਾਂ ਦੀ ਨਾ ਇੱਕ ਪ੍ਰੋਬਲਮ ਆ ਰਹੀ ਥਾਰ ਦੇ ਵਿੱਚ ਉਹ ਤੁਹਾਨੂੰ ਮੈਂ ਇਹਦੇ ਚ ਵੀ ਦੱਸਦਾ ਇਹ ਦੇਖੋ ਇਹ ਜਿਹੜੀਆਂ ਸੀਲਿੰਗਾਂ ਨਾ ਇਹ ਸਾਹਮਣੇ ਆ ਦੇਖੋ ਇਹਦੇ ਚ ਨਾ ਕਈਆਂ ਦੇ ਇੱਥੇ ਨਾ ਉਹ ਪਾਈ ਹੁੰਦੀ ਆ ਸੀਲਿੰਗ ਜੀ ਪਾਈ ਹੁੰਦੀ ਗਲੂ ਜੀ ਪਾਈ ਆ ਉਹ ਨਿਕਲ ਜਾਂਦੀ ਆ ਪਰ ਉਹ ਪੁਰਾਣੀਆਂ ਗੱਡੀਆਂ 'ਚ ਪ੍ਰੋਬਲਮ ਆਉਂਦੀ ਹੈ ਸਿਲੀਕੋਨ ਜਿਹਨੂੰ ਬੋਲਦੇ ਨੇ ਨਾ ਸਿਲੀਕੋਨ ਪਾਈ ਹੁੰਦੀ ਆ ਪਰ ਇਹ ਉਦੋਂ ਬਾਅਦ ਜਦੋਂ ਨਵੀਆਂ ਗੱਡੀਆਂ ਆਈਆਂ ਨੇ ਨਾ ਤਾਂ ਹੀ ਮੈਂ ਕਹਿਣਾ ਕਿ ਹਮੇਸ਼ਾ ਕੋਈ ਵੀ ਗੱਡੀ ਆਉਂਦੀ ਹੈ ਨਵੀਂ-ਨਵੀਂ ਨਾਲ ਲਓ ਉਹ ਪੁਰਾਣੀਆਂ ਗੱਡੀਆਂ 'ਚ ਜਿੱਥੇ ਜਿਹੜੀ ਸਿਲੀਕੋਨ ਪਾਈ ਹੁੰਦੀ ਉਹ ਸਾਰੀ ਸਿਲੀਕੋਨ ਬਾਹਰ ਨਿਕਲ ਜਾਂਦੀ ਪਰ ਇਹਦੇ ਵਿੱਚ ਇੱਥੇ ਰਬੜ ਲੱਗੀ ਆ ਇਹਦੇ ਕਰਕੇ ਸਿਲੀਕੋਨ ਹਜੇ ਤੱਕ ਤਾਂ ਇੱਥੇ ਲੱਭੀ ਨਹੀਂ ਇਹ ਪਿਛਲੇ ਪਾਸੇ ਇੱਥੇ ਵੀ ਸਿਲੀਕੋਨ ਦੀ ਪ੍ਰੋਬਲਮ ਆਉਂਦੀ ਸੀ ਤੇ ਇੱਥੇ ਹਜੇ ਤੱਕ ਤੁਸੀਂ ਦੇਖ ਸਕਦੇ ਹੋ ਕਿ ਸਿਲੀਕੋਨ ਦੀ ਕੋਈ ਕੁਚ ਚਾਰ ਪੰਜ ਮਹੀਨਿਆਂ ਨੂੰ ਹੋਈ ਕੇ ਲਈ ਨੂੰ ਅਪ੍ਰੈਲ ਚ ਲਈ ਸੀ ਆਪਾਂ ਅਪ੍ਰੈਲ 2024 ਚ ਲਈ ਸੀ ਤੇ ਵੀਡੀਓ ਦੇ ਹਿਸਾਬ ਨਾਲ ਲਾ ਲਿਓ ਕੈਲਕੂਲੇਸ਼ਨ ਇੰਨਾ ਕ ਟਾਈਮ ਹੋ ਗਿਆ ਹਜੇ ਤੱਕ ਛੱਤ 'ਚ ਕੋਈ ਪ੍ਰੋਬਲਮ ਨਹੀਂ ਹੈਗੀ ਛੱਤ ਦਾ ਕਈਆਂ ਦਾ ਰੰਗ ਵੀ ਖਰਾਬ ਹੋ ਜਾਂਦਾ ਤੇ ਸਾਡਾ ਹਜੇ ਤੱਕ ਰੰਗ ਠੀਕ ਆ ਕਈ ਲੋਕ ਜਿਹੜਾ ਛੱਤ ਨੂੰ ਰਿਮੂਵ ਵੀ ਕਰ ਲੈਂਦੇ ਆ ਇਹ ਜੇ ਰਿਮੂਵ ਕਰਨੀ ਹੋਏ ਨਾ ਬਹੁਤਾ ਵੱਡਾ ਕੋਈ ਪ੍ਰੋਸੈਸ ਨਹੀਂ ਹੈਗਾ ਉਹ ਵੀ ਕਰ ਲੈਂਦੇ ਇੱਕ ਦਿਨ ਅਸੀਂ ਵੀ ਖੋਲਣ ਲੱਗੇ ਸੀ ਇੱਕ ਰੈਲੀ ਸੀ ਸੋਚਿਆ ਖੋਲ ਲੈਨੇ ਆ ਫਿਰ ਮੂਡ ਬਦਲ ਗਿਆ ਕੈਰੀਅਰ ਲਾਗੇ ਪੋਲਾਂਗੇ ਲਾਵਾਂਗੇ ਤੇ ਫਿਰ ਵੀ ਇਹਦੇ ਵਿੱਚ ਸਿਲੀਕੋਨ ਜੀ ਜਿਹੜੀ ਉਹ ਨਿਕਲ ਜਾਂਦੀ ਹੈ ਦੀ ਸਰਵਿਸਾਂ ਇਹਦੀਆਂ ਦੋ ਹੋ ਚੁੱਕੀਆਂ ਤੀਜੀ ਸਰਵਿਸ ਹੋਣੀ ਹੈ 20000 ਕਿਲੋਮੀਟਰ ਤੇ ਤੇ ਉਹਦੇ 'ਚ ਵੀ ਕੋਈ 7-8000 ਰੁਪਏ ਲੱਗਣਾ ਪਿਛਲੀ ਸਰਵਿਸ ਤੇ ਕਿੰਨੇ ਪੈਸੇ ਲੱਗੇ ਸੀ ਪਿਛਲੀ ਸਰਵਿਸ ਯਾਨੀ ਕਿ ਜਿਹੜੀ ਸਰਵਿਸ ਇਹਦੀ ਹੋਈ 10000 ਕਿਲੋਮੀਟਰ ਤੇ ਉਹਦੇ ਤੇ ਆਇਆ ਸੀ ਖਰਚਾ 5300 ਰੁਪਏ ਹਜੇ ਉਹ ਸਰਵਿਸ ਫ੍ਰੀ ਵਾਲੀ ਸੀ ਤਾਂ 5300 ਖਰਚਾ ਆਇਆ ਬਾਕੀ ਜਿਹੜੀ ਗੱਲ ਕਰ ਲਈਏ ਇੱਕ ਪਿਛਲੀਆਂ ਸਪੇਸ ਦੀ ਬڑے ਲੋਕਾਂ ਦੀ ਸ਼ਿਕਾਇਤ ਆ ਪਿੱਛੇ ਸਪੇਸ ਹੈ ਨਹੀਂ ਸਪੇਸ ਹੈ ਨਹੀਂ ਉਹ ਤੁਹਾਨੂੰ ਮੈਂ ਐਕਚੁਅਲ 'ਚ ਦੱਸਦਾ ਕੀ ਕਹਾਣੀ ਆ ਚਲੋ ਮੈਂ ਹੀ ਤੁਹਾਨੂੰ ਪਿੱਛੇ ਬਹਿ ਕੇ ਦੱਸ ਦਿੰਦਾ ਕਿਉਂਕਿ ਇਹ ਮੁੰਡਾ ਸਾਡਾ ਮੰਨਦਾ ਨਹੀਂ ਪਿਆ ਕਹਿੰਦਾ ਪਿੱਛੇ ਬਹਿਣ ਨੂੰ ਮੈਂ ਤੁਹਾਨੂੰ ਪਿੱਛੇ ਬਹਿ ਕੇ ਪਹਿਲਾਂ ਇਹਦੀ ਐਕਚੁਅਲ 'ਚ ਸਪੇਸ ਦੱਸ ਦਿੰਦਾ ਮੈਂ ਥੋੜਾ ਜਨਾ ਇਸ ਵੀਡੀਓ 'ਚ ਇਹ ਕਲੀਅਰ ਕਰਨਾ ਚਾਹੁੰਦਾ ਕਿ ਇੱਕ ਤੇ ਸੱਚੀ ਪ੍ਰੈਕਟੀਕਲ ਕਾਰ ਹੈ ਜਾਂ ਨਹੀਂ ਹੈ ਦੇਖੋ ਇਹ ਪ੍ਰੈਕਟੀਕਲ ਕਾਰ ਬਿਲਕੁਲ ਨਹੀਂ ਹੈਗੀ ਇਹ ਗੱਲ ਤੇ ਤੁਸੀਂ ਆਪਣੇ ਕੰਨਾਂ 'ਚ ਪਾ ਲੋ ਦਿਮਾਗ 'ਚ ਪਾ ਲੋ ਉਹਦਾ ਕਾਰਨ ਕੀ ਹੈ ਇਹ ਗੱਡੀ ਹੈਗੀ ਜੇ ਦੋ ਜਣਿਆਂ ਵਾਸਤੇ ਤੇ ਜੇ ਤੁਹਾਡੇ ਕੋਲ ਹੋਰ ਕੋਈ ਘਰ ਚ ਗੱਡੀ ਹੈ ਕਾਰ ਹੈ ਐਸਯੂਵੀ ਹੈ ਪਰਿਵਾਰ ਚ ਬਹੁਤੇ ਜਣੇ ਤੇ ਮਤਲਬ ਟਰੈਵਲ ਨਹੀਂ ਕਰਦੇ ਇੱਕ ਟਾਈਮ ਤੇ ਜੇ ਕਰਨਾ ਹੈ ਤੁਸੀਂ ਦੂਜੀ ਗੱਡੀ ਖੜ ਸਕਦੇ ਹੋ ਫਿਰ ਤੁਸੀਂ ਥਾਰ ਪਰਚੇਸ ਕਰ ਲਓ ਜੇ ਤੁਹਾਨੂੰ ਸ਼ੌਂਕ ਹੈ ਤੇ ਜੇ ਨਹੀਂ ਫਿਰ ਇਹ ਗੱਡੀ ਪਰਚੇਸ ਨਾ ਕਰਿਓ ਫਿਰ ਰੌਕਸ ਕਰ ਸਕਦੇ ਹੋ ਜੇ ਇਦਾਂ ਦੀ ਸ਼ੇਪ ਪਸੰਦ ਆ ਰੌਕਸ ਕਰ ਸਕਦੇ ਹੋ ਅਗਲੇ ਦੋ ਬੰਦਿਆਂ ਵਾਸਤੇ ਬਹੁਤ ਵਧੀਆ ਅਹੀਂ ਵੀ ਜਦੋਂ ਕਿਤੇ ਦੂਜੇ ਖੜਨਾ ਹੁੰਦਾ ਸਾਡੇ ਕੋਲ ਫੋਰਚੂਨਰ ਹੈਗੀਆਂ ਨੇ ਤੇ ਉਹ ਆਪਾਂ ਹੁਣ ਲੈ ਜੰਨੇ ਆ ਆਡੀ ਲੈ ਜੰਨੇ ਆ ਜਾਂ ਹੋਰ ਗੱਡੀ ਕੋਈ ਲੈ ਜੰਨੇ ਆ ਤੇ ਇਹਦੇ ਵਿੱਚ ਹੁਣ ਪਹਿਲਾਂ ਤੁਹਾਨੂੰ ਮੈਂ ਬਹਿ ਕੇ ਦੱਸ ਦਾਂ ਅਗਲੀਆਂ ਗੱਲਾਂ ਫੇਰ ਕਰਦੇ ਆਂ ਦੇਖੋ ਇੱਥੇ ਇਹ ਕੁੰਡਾ ਲੱਗਿਆ ਇਧਰ ਆ ਇਧਰ ਕੁੰਡਾ ਲੱਗਿਆ ਹੁਣ ਮੇਰਾ ਭਾਰ ਕੁਇੰਟਲ ਹੈਗਾ ਪਹਿਲਾਂ ਤੇ ਐ ਸੋਚ ਜਿਆ ਲੱਗਾ ਆ ਪਿੱਛੇ ਕਰਕੇ ਆਪਾਂ ਇਦਾਂ ਬੈੰਨੇ ਆ ਇਹ ਕੁੰਡਾ ਜਾਂ ਲੱਗਾ ਇਦਾਂ ਤੇ ਆ ਮੈਂ ਬਹਿ ਗਿਆ ਠੀਕ ਹੈ ਆ ਜਾ ਹੁਣ ਅੰਦਰ ਇਹ ਦੇਖੋ ਆ ਬਹਿ ਗਿਆ ਮੈਂ ਹੁਣ ਆਪਾਂ ਇਹ ਸਮਾਨ ਇੱਥੇ ਪਿਆ ਰਹਿੰਦਾ ਤੁਹਾਨੂੰ ਮੈਂ ਦੱਸਿਆ ਕਿ ਇੱਥੇ ਪਿੱਛੇ ਬਹਿੰਦਾ ਕੋਈ ਨਹੀਂ ਤਾਂ ਸਮਾਨ ਰੱਖੜੀ ਦਾ ਇੱਕ ਇਹ ਕਾਰਟਨ ਜੇ ਲਾਏ ਆ ਇਹ ਤਾਂ ਆਪਾਂ ਲਾਏ ਆ ਕਿ ਸਮਾਨ ਸੂਣ ਪਿਆ ਹੁੰਦਾ ਕੋਈ ਸ਼ੀਸ਼ੇ ਉਸੇ ਨਾ ਤੋੜੇ ਇਹ ਚਲੋ ਕਾਰਟਨ ਲਾ ਦਿੰਨੇ ਆ ਜੀ ਆ ਵੇਖੋ ਇਹ ਸੀਟ ਦੀ ਪੋਜੀਸ਼ਨ ਉੱਥੇ ਹੀ ਆ ਜਿੱਥੇ ਹੋਣੀ ਚਾਹੀਦੀ ਹੈ ਜਿੱਥੇ ਐਕਚੁਅਲ 'ਚ ਮੈਂ ਡਰਾਈਵ ਕਰਦਾ ਮੇਰਾ ਬ੍ਰਦਰ ਜਾਂ ਕੋਈ ਵੀ ਡਰਾਈਵ ਕਰਦਾ ਉੱਥੇ ਹੀ ਆ ਮਤਲਬ ਮੈਂ ਪਿੱਛੇ ਬੈਠਾ ਇਹ ਮੇਰੀ ਲੈਗ ਸਪੇਸ ਤੁਸੀਂ ਦੇਖ ਸਕਦੇ ਹੋ ਬਹੁਤ ਹੈ ਲੈਗ ਸਪੇਸ ਤੇ ਜੇ ਆਪਾਂ ਇਥੋਂ ਵਿਊ ਦੀ ਗੱਲ ਕਰੀਏ ਸਫੋਕੇਸ਼ਨ ਮਹਿਸੂਸ ਹੁੰਦੀ ਹੈ ਘਬਰਾਟ ਜੀ ਹੁੰਦੀ ਹੈ ਜਿੰਨਾਂ ਨੂੰ ਹੁੰਦੀ ਆ ਤੇ ਅਸੀਂ ਤੇ ਚਲੋ ਕਦੇ ਪਿੱਛੇ ਬੈਠੇ ਨਹੀਂ ਤੇ ਪਰ ਇਹ ਵਾ ਕੀ ਠੀਕ ਹੈ ਵੱਡਾ ਗਲਾਸ ਹੈਗਾ ਵਿਊ ਵਧੀਆ ਲੱਭਦਾ ਇੱਥੋਂ ਦੂਜਾ ਇਹ ਵੇਖੋ ਫੜਨ ਵਾਸਤੇ ਜਗ੍ਹਾ ਦਿੱਤੀਆਂ ਹੋਈਆਂ ਨੇ ਸਪੀਕਰ ਬਿਲਕੁਲ ਸਿਰ ਦੇ ਉੱਤੇ ਆ ਸਪੀਕਰ ਇਹਦੇ ਬਹੁਤ ਵਧੀਆ ਨੇ ਉਹ ਵੀ ਤੁਹਾਨੂੰ ਮੈਂ ਦੱਸਿਆ ਅਸੀਂ ਸਿਰਫ ਐਂਪ ਫਿਟ ਕਰਾਇਆ ਬੂਫਰ ਲਵਾਇਆ ਉਹਦੇ ਨਾਲ ਮਿਊਜ਼ਿਕ ਸਿਸਟਮ ਬਹੁਤ ਵਧੀਆ ਗੱਲਬਾਤ ਹੋ ਗਈ ਦੂਜੀ ਇਹ ਸੀਟਾਂ ਜਿਹੜੀਆਂ ਨੇ ਨਾ ਅਸੀਂ ਆ ਵੀ ਸੋਚਦੇ ਸੀ ਕਿ ਸੀਟਾਂ ਪਿੱਛੇ ਨਹੀਂ ਹੁੰਦੀਆਂ ਪਰ ਇਹ ਸੀਟਾਂ ਪਿੱਛੇ ਵੀ ਹੋ ਜਾਂਦੀਆਂ ਨੇ ਰਿਕਲਾਈਨ ਹੋ ਜਾਂਦੀਆਂ ਨੇ ਥੋੜੀਆਂ-ਬਹੁਤੀ ਅੱਗੇ-ਪਿੱਛੇ ਹੋ ਜਾਂਦੀਆਂ ਬਹੁਤੀਆਂ ਜ਼ਿਆਦਾ ਨਹੀਂ ਹੁੰਦੀਆਂ ਪਰ ਜੇ ਇਹ ਜਿਆਦਾ ਪਿੱਛੇ ਕਰਦੇ ਆਂ ਤੇ ਬੂਟ ਦੇ ਵਿੱਚ ਸਪੇਸ ਬਿਲਕੁਲ ਹੀ ਨਹੀਂ ਬਚਦੀ ਸੋ ਇੰਨੀਆਂ ਕੁ ਹੋ ਜਾਂਦੀਆਂ ਬਾਕੀ ਇੱਥੇ ਬਹਿਣਾ ਠੀਕ ਆ ਚੜ੍ਹਨਾ ਉਤਰਨ ਦੇ ਵਿੱਚ ਪ੍ਰੋਬਲਮ ਲੱਗਦੀ ਏ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਦਾ ਆਹੜਾ ਸ਼ੀਸ਼ਾ ਕਈਆਂ ਲੋਕਾਂ ਨੇ ਆਫਟਰ ਮਾਰਕੀਟ ਖੁੱਲਣ ਵਾਲਾ ਲਵਾ ਲਿਆ ਪਰ ਉਹ ਚੀਜ਼ਾਂ ਮੈਨੂੰ ਨਹੀਂ ਪਸੰਦ ਉਹ ਕਾਰਨ ਕੀ ਆ ਕਿ ਉਹ ਵੀ ਜਿਹੜਾ ਨਾ ਸਿਲੀਕਾਨ ਦੇ ਨਾਲ ਜੋੜਿਆ ਹੋਇਆ ਤੇ ਮੈਨੂੰ ਨਹੀਂ ਲੱਗਦਾ ਜ਼ਿਆਦਾ ਚਿਰ ਪਕੜ ਬਣਾ ਪਾਏਗਾ ਕੋਈ ਮਜਬੂਤੀ ਉਹਦੀ ਬਹੁਤੀ ਦੇਖੀ ਨਹੀਂ ਆ ਇੱਥੇ ਤੇ ਦੇਖੋ ਨਟ-ਨੋਟ ਲਾਏ ਆ ਪੱਕਾ ਪ੍ਰਬੰਧ ਕੀਤਾ ਮੈਨੂੰ ਨਹੀਂ ਲੱਗਿਆ ਸ਼ਾਇਦ ਹੋ ਸਕਦਾ ਉਹ ਵਧੀਆ ਪ੍ਰਬੰਧ ਕੀਤੇ ਹੋਣ ਇੱਕ ਕਈ ਲੋਕਾਂ ਨੇ ਮੈਂ ਮੜ ਜੇ ਕਟਨ ਸਾਈਡ ਤੇ ਕਰਦੇ ਆ ਕਈ ਲੋਕਾਂ ਨੇ ਨਾ ਇੱਥੇ ਬਾਕਸ ਵਗੈਰਾ ਲਾਏ ਹੋਏ ਆ ਬਾਕਸ ਕਿਉਂ ਲਾਏ ਆ ਉਹਦੇ ਚ ਕੱਪ ਹੋਲਡਰ ਬਣੇ ਹੋਏ ਆ ਗਲਾਸ ਆ ਜਾਂਦੇ ਆ ਚਾਰਜਰ ਲੱਗਿਆ ਹੁੰਦਾ ਤੇ ਕੰਮ ਦੀਆਂ ਚੀਜ਼ਾਂ ਹੈਗੀਆਂ ਹੁਣ ਅਹੀਂ ਕਿਉਂ ਨਹੀਂ ਲਾਏ ਸਾਡੇ ਪਿੱਛੇ ਬਹਿੰਦੇ ਹੀ ਕੋਈ ਨਹੀਂ ਸਾਨੂੰ ਮੈਨੂੰ ਨਹੀਂ ਲੱਗਦਾ ਉਹਦੀ ਲੋਡ ਮਤਲਬ ਸਾਨੂੰ ਹੈ ਹੀ ਨਹੀਂ ਆ ਤੇ ਸਾਡਾ ਬਿਲਕੁਲ ਉਦਾਂ ਦੇ ਉਦਾਂ ਹੈ ਜਿੱਦਾਂ ਨਵੀਂ ਗੱਡੀ ਆਈ ਹੈ ਨਾ ਉਦਾਂ ਹੀ ਪਿਆ ਇੱਥੇ ਆਪਾਂ ਕੁਝ ਨਹੀਂ ਲਵਾਏ ਆਰਮ ਰੈਸਟ ਦਾ ਕੰਮ ਵੀ ਦੇ ਦਿੰਦੇ ਹੋ ਬਾਕਸ ਜੇ ਦੋਨੇ ਪਾਸੇ ਲੱਗਦੇ ਤੀਜਾ ਇੱਥੇ ਲੱਗਦਾ ਉਹ ਆਫਟਰ ਮਾਰਕੀਟ ਆਪਾਂ ਲਵਾਉਣਾ ਤੇ 12 ਤੋਂ 14000 ਰੁਪਏ ਦਾ ਖਰਚਾ ਹੈਗਾ ਜਿਹੜੇ ਚੰਗੇ ਨੇ ਵਧੀਆ ਤੇ ਉਦਾਂ 7000 ਦੇ ਵੀ ਲੱਗ ਜਾਂਦੇ ਆ ਅਪਰੋਕਸ ਤੇ ਇਹ ਜਿਹੜਾ ਥੱਲੇ ਮੈਟ ਹੈ ਨਾ ਇਹ ਤੁਸੀਂ ਦੇਖ ਲਓ ਇਹ ਜਿਹੜਾ ਮੈਟ ਹੈ ਪਲਾਸਟਿਕ ਦਾ ਮੈਟ ਇਹ ਵੀ ਬੜਾ ਬੇਕਾਰ ਮੈਟ ਆ ਉਦੋਂ ਲਵਾ ਲਿਆ ਸੀ ਇਹ ਆਪਾਂ ਹੁਣ ਚੇਂਜ ਕਰਨਾ ਸੀ ਇਹ ਮੈਟ ਜਿਹੜਾ ਸਲਿੱਪ ਹੁੰਦਾ ਇਸ ਕਰਕੇ ਇਹਦੇ ਥੱਲੇ ਡਬਲ ਟੇਪ ਲਾ ਕੇ ਤੇ ਇਹਨੂੰ ਸਾਰਾ ਕਰ ਦਿੱਤਾ। ਇੱਕ ਇੱਥੇ ਨਾ ਪਾਈਪਾਂ ਲੱਗੀਆਂ ਐ ਜਿਹੜੀਆਂ। ਇਹ ਪਾਈਪਾਂ ਬਹੁਤ ਸਾਲਿਡ ਲਾਈਆਂ ਹੋਈਆਂ। ਉਹਦਾ ਕਾਰਨ ਕੀ ਹੈ ਕਿ ਕਿਉਂਕਿ ਇਹ ਰੂਫ ਜਿਹੜਾ ਪਲਾਸਟਿਕ ਦਾ ਤੇ ਪਲਾਸਟਿਕ ਦਾ ਰੂਫ ਹੋਣ ਕਰਨਾ ਮਜ਼ਬੂਤੀ ਘਟ ਜਾਂਦੀ ਹੈ ਤੇ ਇਹ ਪਾਈਪਾਂ ਜਿਹੜੀਆਂ ਮੰਨ ਲਓ ਗੱਡੀ ਗੁੱਡੀ ਪਲਟਦੀ ਹੈ ਤੇ ਆਹ ਇਹ ਪਾਈਪਾਂ ਜਿਹੜੀਆਂ ਪੂਰੀ ਸਪੋਰਟ ਦਿੰਦੀਆਂ। ਇਹ ਤੁਸੀਂ ਰੂਫ ਜਿਹੜਾ ਦੇਖ ਰਹੇ ਹੋ। ਹੁਣ ਮੌਸਮ ਠੰਡਾ ਹੋ ਗਿਆ ਤੇ ਕੋਈ ਐਡੀ ਪ੍ਰੋਬਲਮ ਨਹੀਂ। ਪਰ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਤਪਦਾ ਸੀ। ਇੰਨਾ ਜ਼ਿਆਦਾ ਤਪਦਾ ਸੀ ਨਾ ਅੱਗ ਹੀ ਲਾ ਦਿੰਦਾ ਸੀ ਅੰਦਰ ਬੈ ਪਰ ਇਹਨੂੰ ਥੋੜਾ ਕੰਟਰੋਲ ਕਰਨ ਵਾਸਤੇ ਜਿਹੜਾ ਇਹਦਾ AC ਹੈ AC ਐਡਾ ਤਗੜਾ ਹੈ AC ਸਮਝੋ ਫਰਾਟਾ ਪੱਖਾ ਲਾਤਾ ਕਿ ਮਹਿੰਦਰਾ ਨੇ ਇਹਦੇ ਵਿੱਚ ਇੰਨੀ ਜ਼ਬਰਦਸਤ ਹਵਾ ਹੈ ਕਿ ਪਿੱਛੇ ਤੱਕ ਹਵਾ ਬੜੇ ਪ੍ਰੈਸ਼ਰ ਨਾਲ ਆਉਂਦੀ ਹੈ ਉਹ ਜਦੋਂ ਹਵਾ ਫੈਲਦੀ ਹੈ ਨਾ ਸਾਰੀ ਗੱਡੀ 'ਚ ਫਿਰ ਇਹਨੂੰ ਠੰਡਾ ਕਰ ਦਿੰਦੀ ਹੈ ਮਤਲਬ ਇਹ ਹੀਟ ਮਾਰੀ ਵੀ ਜਾਏਗਾ ਤੇ ਇਹਦਾ ਅਸਰ ਕੋਈ ਬਹੁਤਾ ਨਹੀਂ ਹੁੰਦਾ ਪਹਿਲਾਂ ਮੈਂ ਇਥੋਂ ਨਿਕਲਾਂ ਨਿਕਲਦਾ ਹੀ ਵੇਖ ਲਓ ਨਿਕਲਦਾ ਹੈ ਤੇ ਔਖਾ ਹੀ ਹੈ ਕੰਮ ਇਹ ਐਦਾਂ ਨਿਕਲਣਾ ਪੈਂਦਾ ਮੇਰੇ ਵਰਗੇ ਮੈਂ ਤੇ ਮਨ ਲਾਦਾ ਪਹਿਲੀ ਵਾਰ ਬੈਠਿਆ ਇਹਦੇ 'ਚ ਸੀਟ ਇਦਾਂ ਪਿੱਛੇ ਹੋ ਜਾਂਦੀ ਹੈ ਫਿਰ ਆਪਣੀ ਪੋਜੀਸ਼ਨ ਤੇ ਆ ਜਾਂਦੀ ਹੈ ਇਹ ਜਿਹੜੇ ਫੁੱਟ ਰੈਸਟ ਤੁਸੀਂ ਦੇਖ ਰਹੇ ਹੋ ਇਹ ਬਹੁਤ ਹਲਕੀ ਕੁਆਲਿਟੀ ਦੇ ਆ ਫੋਰਚੂਨਰ ਦੇ ਮੁਕਾਬਲੇ ਜਦੋਂ ਆਪਾਂ ਇਦਾਂ ਚੜਨੇ ਆ ਨਾ ਤੇ ਪੂਰਾ ਲਿਫਦੇ ਆ ਤੇ ਕਈ ਵਾਰੀ ਇਦਾਂ ਵੀ ਲੱਗਦਾ ਕਿ ਕਿਤੇ ਟੁੱਟੀ ਨਾ ਜਾਣ ਜਿਆਦਾ ਕਮਜ਼ੋਰ ਜਿਹਾ ਮਹਿਸੂਸ ਹੁੰਦੇ ਆ ਖਿੜਕੀਆਂ ਵੀ ਤੁਹਾਨੂੰ ਦੱਸਦਾ ਕਿ ਇਦਾਂ ਹੀ ਧੋ ਲੈਣੀਆਂ ਇਹ ਸੀਟਾਂ ਦੇ ਵੀ ਇੱਥੇ ਪ੍ਰੈਸ਼ਰ ਪ੍ਰੈਸ਼ਰ ਮਾਰ ਕੇ ਇਹਨੂੰ ਇਹੀ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰ ਲੈਣੇ ਹੁਣ ਇਹਦੀ ਹੋਰ ਤੁਹਾਨੂੰ ਮੈਂ ਪ੍ਰੋਬਲਮਾਂ ਦੱਸਦਾ ਫਾਇਦੇ ਕੀ ਆ ਉਹ ਤੁਹਾਨੂੰ ਬਾਅਦ ਚ ਦੱਸਦਾ ਨਾਲ ਨਾਲ ਚਲੋ ਦੱਸੀ ਜਾਂਦੇ ਆ ਇਹ ਗੱਡੀ ਜਿਹੜੀ ਹੈ ਜਿੱਦਾਂ ਹੁਣ ਸੀਟਾਂ ਦੀ ਗੱਲ ਕੀਤੀ ਆ ਜਦੋਂ ਆਫ ਰੋਡਰ ਵਹੀਕਲ ਆਫ ਰੋਡਿੰਗ ਵਾਸਤੇ ਸਪੈਸ਼ਲ ਬਣਾਇਆ ਗਿਆ ਟਾ ਟੱਪੇ ਵਾਸਤੇ ਬਣਾਇਆ ਗਿਆ ਜੀਪ ਰੈਂਗਲਰ ਰੂਬੀਕਨ ਦੀ ਕਾਪੀ ਕੀਤੀ ਗਈ ਆ ਇਹਦੀ ਸਸਪੈਂਸ਼ਨ ਜਿਹੜੀ ਆ ਨਾ ਬਹੁਤ ਜ਼ਿਆਦਾ ਹਾਰਡ ਜਦੋਂ ਵੀ ਆਪਾਂ ਕਿਤੇ ਥੋੜੇ ਜੇ ਖਰਾਬ ਰਸਤੇਾਂ ਤੇ ਜਾਂਦੇ ਆ ਤੇ ਉਦੋਂ ਸਾਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਕਿ ਮਤਲਬ ਝੋਲ ਬੜੀ ਮਾਰਦੀ ਹੈ ਗੱਡੀ ਐਦਾਂ ਤਾਂ ਪੂਰੀ ਡੂਲਦੀ ਹੈ ਬੜਾ ਅਨਕੰਫਰਟੇਬਲ ਜਿਹਾ ਮਹਿਸੂਸ ਹੁੰਦਾ ਇਹ ਹੈਂਡਲ ਹੁੰਡਲ ਜੇ ਤਾਂ ਹੀ ਲਾਏ ਗਿਆ ਕਿ ਇਹਨਾਂ ਨੂੰ ਫੜ ਕੇ ਤੇ ਫਿਰ ਬਹਿਣਾ ਪੈਂਦਾ। ਜਦੋਂ ਆਪਾਂ ਕਿਤੇ ਆਫ-ਰੋਡਿੰਗ ਕਰਦੇ ਆਂ ਤੇ ਸਾਰਾ ਖਾਦਾ ਪੀਤਾ ਜਿਹੜਾ ਤੁਹਾਡਾ ਪੰਜਾ ਦਹਾ ਮਿੰਟਾਂ ਚ ਇਦਾਂ ਇਦਾਂ ਕਰਕੇ ਪਚ ਪੁੱਜ ਜਾਂਦਾ। ਫਿਰ ਅਗਲੀ ਗੱਲ ਕਰ ਲਈਏ ਜਦੋਂ ਆਪਾਂ ਇਹਨੂੰ ਜ਼ਿਆਦਾ ਭਜਾਉਨੇ ਆਂ ਦੇਖੋ ਇਹ ਗੱਡੀ ਇਦਾਂ ਦੀ ਹੈ ਕਿ ਇਹਨੂੰ ਭਜਾਉਣ ਦਾ ਕੌਨਫੀਡੈਂਸ ਨਹੀਂ ਆਉਂਦਾ। ਇਹ ਗੱਡੀ ਨੂੰ ਭਜਾਉਣ ਦਾ ਕੌਨਫੀਡੈਂਸ ਬਿਲਕੁਲ ਨਹੀਂ ਆਉਂਦਾ। ਉਹਦਾ ਕਾਰਨ ਕੀ ਆ? ਉਹਦਾ ਕਾਰਨ ਆ ਵਾ ਜਦੋਂ ਇਹਨੂੰ ਅਸੀਂ ਜ਼ਿਆਦਾ ਭਜਾਉਨੇ ਆਂ ਨਾ ਜਦੋਂ ਅਸੀਂ ਕੱਟ ਮਾਰਦੇ ਆਂ ਤੇ ਇਹ ਗੱਡੀ ਇਦਾਂ ਮਹਿਸੂਸ ਕਰ ਤੇ ਹੀ ਹੁਣੇ ਆ ਡੈਕਸੀਡੈਂਟ ਹੋ ਜਾਣਾ ਇਦਾਂ ਮੈਨੂੰ ਬੜੀ ਵਾਰੀ ਲੱਗਿਆ ਜਦੋਂ ਆਪਾਂ ਕਿਸੇ ਸੜਕ ਦੇ ਉੱਤੇ ਕੰਡੇ ਤੋਂ ਇਦਾਂ ਫੇਰ ਸੜਕ ਕੰਡੇ ਤੋਂ ਸੜਕ ਦੇ ਕੰਡੇ ਤੋਂ ਉੱਤਰ ਗਏ ਆ ਫੇਰ ਤਾਂ ਚੜਨ ਲੱਗਦੇ ਆ ਤੇ ਇਹ ਬਹੁਤ ਤਕੜਾ ਸਲਿੱਪ ਮਾਰਦੀ ਆ ਤੇ ਬੜਾ ਮਤਲਬ ਮਨ ਨੂੰ ਡਰ ਜਾ ਲੱਗਾ ਰਹਿੰਦਾ ਜਿੱਦਾਂ ਅਸੀਂ ਫੋਰਚਨਰ ਚਲਾਉਂਦੇ ਆ ਤੇ ਉਹਦੇ ਤੇ ਪੂਰਾ ਭਰੋਸਾ ਹੁੰਦਾ ਕਿ ਅਸੀਂ ਇਹਨੂੰ ਓਵਰਟੇਕ ਕਰ ਲਾਂਗੇ ਅਸੀਂ ਕੱਟ ਮਾਰ ਲਾਂਗੇ ਤੇ ਅਸੀਂ ਸਹੀ ਸਲਾਮਤ ਰਵਾਂਗੇ ਪਰ ਇਹਦੇ ਵਿੱਚ ਇਦਾਂ ਦਾ ਕੌਨਫੀਡੈਂਸ ਨਹੀਂ ਆਉਂਦਾ ਜਦੋਂ ਅਸੀਂ ਓਵਰਟੇਕ ਗੱਡੀ ਨੂੰ ਕਰਦੇ ਆ ਉਦੋਂ ਨਹੀਂ ਆਉਂਦਾ ਐ ਨਹੀਂ ਆ ਕਿ ਇੰਜ ਦੇਖੋ ਇੰਜਨ ਬਹੁਤ ਪਾਵਰਫੁਲ ਆ ਜੇ ਤੁਸੀਂ ਲੇ ਲਦਾਖ ਵਾਲੀਆਂ ਸਾਡੀਆਂ ਵੀਡੀਓਜ਼ ਦੇਖੀਆਂ ਨੇ ਤੇ ਉਦੋਂ ਜਿਹੜੀ ਪਰਫਾਰਮੈਂਸ ਇਹਨੇ ਥਾਰ 4WD ਨੇ ਦਿਖਾਈ ਆ ਮੈਂ ਸੱਚੀ ਮਤਲਬ ਮੈਨੂੰ ਉਮੀਦ ਹੀ ਨਹੀਂ ਕਿ ਇਹ ਗੱਡੀ ਵੀ ਇਦਾਂ ਦੀ ਪਰਫਾਰਮੈਂਸ ਦੇ ਸਕਦੀ ਆ ਪਰ ਉਦੋਂ ਇਹਨੇ ਬੜੀ ਜ਼ਬਰਦਸਤ ਪਰਫਾਰਮੈਂਸ ਦਿੱਤੀ ਹੈ ਪਰ ਜਦੋਂ ਆਪਾਂ ਚੱਲਦੇ ਆ ਲੰਬਿਆਂ ਰੂਟਾਂ ਤੇ ਤੇ ਉਦੋਂ ਐਡੀ ਵਧੀਆ ਪਰਫਾਰਮੈਂਸ ਉਸ ਹਿਸਾਬ ਨਾਲ ਨਹੀਂ ਆਉਂਦੀ ਉਹਦਾ ਕਾਰਨ ਇਹੋ ਹੀ ਆ ਕਿ ਇੰਜਨ ਪਾਵਰਫੁਲ ਹੈ 140 50 ਤੇ ਮੈਂ ਇਹਨੂੰ ਲੈ ਕੇ ਗਿਆ ਹੋਇਆ ਹਾਲਾਂਕਿ ਮੈਂ ਬਹੁਤਾ ਭਜਾਉਂਦਾ ਨਹੀਂ ਹੈਗਾ ਉਹ ਮਤਲਬ ਇਹਨੂੰ ਨਹੀਂ ਭਜਾਉਂਦਾ ਉਦਾਂ ਹੀ ਫੋਰਚਨਰ ਜਿਹੜੀ ਉਹ 160 70 ਤੇ ਵੀ ਲੈ ਜੀ ਦੀ ਆਮ ਹੀ ਜਦੋਂ ਕਿਤੇ ਆਪਾਂ ਜਾਣੇ ਆ ਇਧਰ ਉਧਰ ਜਾਣੇ ਹੁੰਦੇ ਆ ਸੋ ਇਹਨੂੰ ਇੰਨਾ ਜ਼ਿਆਦਾ ਕੰਫੀਡੈਂਸ ਨਹੀਂ ਆਉਂਦਾ ਬਾਕੀ ਕਈ ਲੋਕ ਇਹ ਵੀ ਗੱਲ ਕਰਦੇ ਆ ਕਿ ਇਹਦੇ ਜਿਹੜੇ ਟਾਇਰ ਆ ਉਹਨਾਂ ਦੇ ਅਲਾਈਨਮੈਂਟ ਜਿਹੜੀ ਆ ਜ਼ਿਆਦਾ ਆਊਟ ਰਹਿੰਦੀ ਆ ਸਾਨੂੰ ਇਸ ਗੱਡੀ ਚ ਇਦਾਂ ਦੀ ਕੋਈ ਦਿੱਕਤ ਨਹੀਂ ਆਈ ਅਲਾਈਨਮੈਂਟ ਇਹਦੀ ਬਹੁਤ ਵਧੀਆ ਰਹਿੰਦੀ ਆ ਆਪਾਂ ਵੀਲ ਰੋਟੇਸ਼ਨ ਕਰਾਉਂਦੇ ਰਹਿੰਨੇ ਆ ਕ੍ਰੋਸਿੰਗ ਚ ਵੀ ਕਰਦੇ ਰਹਿੰਨੇ ਆ ਸਪੇਅਰ ਵੀਲ ਜਿਹੜਾ ਉਹ ਤੇ ਨਹੀਂ ਚਲੋ ਹਜੇ ਤੱਕ ਕਦੇ ਵਰਤਿਆ ਕਦੇ ਪੈਂਚਰ ਹੀ ਨਹੀਂ ਹੋਈ ਪੈਂਚਰ ਕਿਟ ਉਦਾਂ ਹੀ ਵਿੱਚ ਰੱਖਦੇ ਆ ਪਰ ਕਦੇ ਪੈਂਚਰ ਨਹੀਂ ਹੋਈ ਟਾਇਰ ਵਧੀਆ ਰਹਿੰਦੇ ਨੇ ਬੈਲੈਂਸਿੰਗ ਆਪਾਂ ਟਾਈਮ ਟੂ ਟਾਈਮ ਕਰਾਉਂਦੇ ਆ ਹਰ 5000 ਕਿਲੋਮੀਟਰ ਬਾਅਦ ਇਹਦੀ ਬੈਲੈਂਸਿੰਗ ਹੁੰਦੀ ਆ ਅਲਾਈਨਮੈਂਟ ਹੁੰਦੀ ਆ ਇਹ ਕਿਹੜਾ ਫਰੰਟ ਸ਼ੀਸ਼ਾ ਏ ਇਹ ਛੋਟੀਆਂ ਛੋਟੀਆਂ ਗੱਲਾਂ ਨੇ ਕਈਆਂ ਨੂੰ ਚੰਗੀਆਂ ਲੱਗਣੀਆਂ ਕਈਆਂ ਨਹੀਂ ਐਡੀ ਬ ਮੈਂ ਕਰੀਲ ਵੀ ਪਾਈ ਸੀ ਉੱਤੇ ਪ੍ਰੋਬਲਮ ਬੜੀ ਹੋਈ ਸੀ ਲੋਕਾਂ ਨੂੰ ਫਰੰਟ ਸ਼ੀਸ਼ੇ ਦੇ ਉੱਤੇ ਮੱਛਰ ਤੇ ਜਿਹੜੇ ਹੋਰ ਹਵਾ ਦੇ ਵਿੱਚ ਜਿਹੜੇ ਜੀਵ ਤੁਰੇ ਫਿਰਦੇ ਆ ਉਹ ਬਹੁਤ ਜ਼ਿਆਦਾ ਆ ਕੇ ਇੱਥੇ ਵੱਜਦੇ ਆ ਤੇ ਇਹਦੇ ਤੇ ਆਪਾਂ ਜਦੋਂ ਥੋੜਾ ਜਿਹਾ ਇਸ 10-15 ਕਿਲੋਮੀਟਰ ਸਫਰੀ ਕਰਦੇ ਆ ਤੇ ਇਹ ਸ਼ੀਸ਼ਾ ਜਿਹੜਾ ਪੂਰਾ ਗੰਦਾ ਹੋ ਜਾਂਦਾ ਬਾਰ-ਬਾਰ ਜਿਹੜਾ ਇਹਨੂੰ ਵਾਈਪਰ ਯੂਜ਼ ਕਰਨੇ ਪੈਂਦੇ ਆ ਇਸ ਕਾਰਨ ਕਰਕੇ ਇਹ ਵਾਈਪਰ ਜਿਹੜੇ ਆ ਇਹ ਬਹੁਤ ਛੇਤੀ ਇਹਦੇ ਖਰਾਬ ਹੋ ਜਾਂਦੇ ਆ ਇਹ ਸਾਡਾ ਤੀਜਾ ਸੈੱਟ ਆ ਵਾਈਪਰ ਦਾ ਤੇ ਇੱਕ ਹੋਰ ਪ੍ਰੋਬਲਮ ਹੀ ਇਹਦੇ ਚ ਕਿ ਜਿਹੜਾ ਵਾਈਪਰ ਹੀ ਆ ਬਹੁਤ ਥੱਲੇ ਰਹਿ ਜਾਂਦਾ ਪਰਲੇ ਵਾਲਾ ਵਾਈਪਰ ਵੀ ਥੱਲੇ ਲੈ ਜਾਂਦਾ ਸੀ ਫਿਰ ਅਸੀਂ ਕੀ ਕੀਤਾ ਕਿ ਵਾਈਪਰਾਂ ਦਾ ਸਾਈਜ਼ ਜਿਹੜਾ ਉਹ ਇਹੋ ਵਾਲਾ ਸਾਈਜ਼ ਨਹੀਂ ਹੈਗਾ ਜਿਹੜਾ ਮਹਿੰਦਰਾ ਵੱਲੋਂ ਆ ਰਿਹਾ ਅਸੀਂ ਆਪਣੇ ਮੁਤਾਬਕ ਇੱਕ ਇੱਕ ਇੰਚ ਸਾਈਜ਼ ਵੱਡਾ ਕਰਕੇ ਦੋਨੇ ਵਾਈਪਰ ਪਾਏ ਆ ਤੇ ਹੁਣ ਜਿਹੜਾ ਇਹ ਪੂਰਾ ਦਾ ਪੂਰਾ ਸ਼ੀਸ਼ਾ ਕਵਰ ਕਰਦਾ ਹੁਣ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਜਦੋਂ ਇਹ 'ਚ ਜ਼ਿਆਦਾ ਦਾਗ ਹੋ ਜਾਂਦੀ ਆ ਫਿਰ ਉਹ ਵਾਈਪਰ ਦੇ ਨਾਲ ਵੀ ਸਾਫ਼ ਨਹੀਂ ਹੁੰਦੇ ਵਾਈਪਰ ਦੇ ਵਸ ਦੀ ਗੱਲ ਨਹੀਂ ਰਹਿ ਜਾਂਦੀ ਫਿਰ ਅਸੀਂ ਇਹਨੂੰ ਕੱਪੜਾ-ਕੁਪੜਾ ਮਾਰ ਕੇ ਤੇ ਇਹਨੂੰ ਗੱਡੀ ਨੂੰ ਸਾਫ਼ ਕਰ ਲੀਦਾ ਸੋ ਇਹ ਵੀ ਇਹਦੇ 'ਚ ਬੜੀ ਵੱਡੀ ਮੇਜਰ ਪ੍ਰੋਬਲਮ ਹੈਗੀ ਐ ਸਾਈਡ ਗਲਾਸ ਆ ਇਹਦੇ ਇਹ ਬਹੁਤ ਵਧੀਆ ਨੇ ਇਹ ਪੂਰੇ ਰਫ ਐਂਡ ਟਫ ਬਣਾਏ ਆ ਇਹਦੇ ਉੱਤੇ ਜਿਹੜਾ ਗਲੋਸੀ ਗਲੋਸੀ ਕਰਾ ਲੈਂਦੇ ਆ ਨਾ ਬਾਕੀ ਤੁਹਾਡੇ ਸ਼ੌਂਕ ਦੀ ਗੱਲ ਆ ਪਰ ਮੇਰੇ ਹਿਸਾਬ ਨਾਲ ਨਾ ਕਰਾਏ ਕਿਉਂਕਿ ਜਦਾਂ ਐ ਵੇਖੋ ਇੱਥੇ ਮੜੇ ਮੜੇ ਸਕ੍ਰੈਚ ਪਏ ਆ ਤੇ ਇਹ ਲੱਭਦੇ ਨਹੀਂ ਹੈਗੇ ਜੀ ਆਪਾਂ ਪੇਂਟ ਵਰਕੇ ਤੇ ਕੋਈ ਵੀ ਕਰਾਵਾਂਗੇ ਪਿਆਨੋ ਫਿਨਿਸ਼ਿੰਗ ਕਰਾਵਾਂਗੇ ਤੇ ਫਿਰ ਉਹ ਲੱਭਣਗੇ ਤੇ ਇਹ ਜਿਹੜਾ ਇਲੈਕਟ੍ਰਿਕ ਅਡਜਸਟੇਬਲ ਨੇ ਸਾਰੇ ਤੇ ਵਧੀਆ ਅਡਜਸਟ ਹੁੰਦੇ ਆ ਵਧੀਆ ਕੰਮ ਕਰਦੇ ਆ ਕਿਹਦੇ ਚ ਨਾ ਸਭ ਤੋਂ ਵੱਡੀ ਦਿੱਕਤ ਕੀ ਆ ਸਭ ਤੋਂ ਵੱਡੀ ਪ੍ਰੋਬਲਮ ਕੀ ਆ ਜਦੋਂ ਤੁਹਾਨੂੰ ਮੈਂ ਇੱਧਰ ਜਿਨ੍ਹਾਂ ਨੇ ਤੇ ਮਰੂਤੀਆਂ ਚਲਾਈਆਂ ਪੁਰਾਣੀਆਂ ਉਹਨਾਂ ਨੂੰ ਤੇ ਹੱਤ ਪਈ ਹੁੰਦੀ ਐ ਚਾਬੀ ਦੇ ਕੇ ਤੇ ਤੇਲ ਪਾਉਣ ਦੀ ਕਈ ਗੱਡੀਆਂ ਚ ਇਦਾਂ ਹੁੰਦਾ ਹੈ ਔਰ ਥਾਰ ਚ ਵੀ ਉਹੀ ਪ੍ਰੋਬਲਮ ਹੈ ਆ ਦੇਖੋ ਚਾਬੀ ਲਾ ਕੇ ਤੇ ਫਿਰ ਇਹਦਾ ਫਿਊਲ ਟੈਂਕ ਖੁੱਲਦਾ ਹੈ ਤੇ ਫਿਰ ਇੱਚ ਆਪਾਂ ਡੀਜ਼ਲ ਪਾਉਨੇ ਆ ਇਹ ਸਭ ਤੋਂ ਵੱਡੀ ਦਿੱਕਤ ਆ ਜਦੋਂ ਗਰਮੀਆਂ ਚ ਆਪਾਂ ਗੱਡੀ ਦੇ ਵਿੱਚ ਬੈਠੇ ਹੁੰਦੇ ਸੀ ਏਸੀ ਲਾਇਆ ਹੁੰਦਾ ਸੀ ਤੇ ਉਦੋਂ ਬਾਅਦ ਜਦੋਂ ਟੈਂਕ ਫੁੱਲ ਕਰਾਉਣਾ ਤੇ ਬੰਦੇ ਨੂੰ ਚਾਬੀ ਦੇਣੀ ਨੇ ਤੇਲ ਭਰਨਾ ਉਹਨਾਂ ਚਾਰ ਗਰਮੀ ਚ ਅੰਦਰ ਬਹਿਣਾ ਪੈਂਦਾ ਏ ਕਿਹਦੀ ਛੱਤ ਜਿਹੜੀ ਆ ਉਹ ਸ਼ੀਤੀ ਗਰਮ ਹੋ ਜਾਂਦੀ ਏ ਜਦੋਂ AC ਚੱਲਿਆ ਹੁੰਦਾ ਹੋਰ ਇੱਕ ਤੁਹਾਨੂੰ ਦਿੱਕਤ ਵੱਡੀ ਦੱਸਦਾ ਆਜੋ ਇੱਧਰ ਹਾਲਾਂਕਿ ਕਈ ਲੋਕਾਂ ਨੇ ਇਹਦਾ ਜਿਗਾਰਡ ਕਰਾ ਕੇ ਤੇ ਇੱਥੇ ਉਹ ਲਵਾ ਲਿਆ ਸਿਸਟਮ ਜਿਹਦੇ ਨਾਲ ਇਹਦੀ ਜਿਹੜੀ ਆ ਆਟੋਮੈਟਿਕ ਅੰਦਰ ਸੋਚ ਲੱਗ ਜਾਂਦਾ ਤੇ ਉਹਦੇ ਨਾਲ ਖੁੱਲ ਜਾਂਦੀ ਆ ਮੈਂ ਹਜੇ ਤੱਕ ਤੇ ਵਧੀਆ ਨਹੀਂ ਸਮਝਿਆ ਲਾਉਣਾ ਇੱਕ ਕੀ ਇੱਕ ਡੈਫ ਇੱਥੇ ਪੈਂਦਾ ਹੈ ਡੈਫ ਤਕਰੀਬਨ 10000 ਕਿਲੋਮੀਟਰ ਬਾਅਦ ਇਹਨੂੰ ਫੁੱਲ ਕਰਾਉਣਾ ਪੈਂਦਾ ਤੇ ਮੈਨੂੰ ਲੱਗਦਾ 5000 ਤੇ ਅੱਧੇ ਤੇ ਪਹੁੰਚ ਜਾਂਦਾ ਹੈ ਐਸਟੀਮੇਟ ਆ ਉੱਤੇ ਥੱਲੇ ਹੋ ਸਕਦਾ ਜਦੋਂ ਆਪਾਂ ਡੈਫ ਪਾਉਨੇ ਆ ਜਿੰਨਾ ਮਰਜੀ ਆਪਾਂ ਬਜਾ ਕਰ ਲਈਏ ਜੇ ਇੱਕ ਅੱਧੀ ਬੂੰਦ ਵੀ ਇੱਥੇ ਪੈ ਗਈਆਂ ਨਾ ਥੱਲੇ ਤੇ ਇਹ ਉਸੇ ਟਾਈਮ ਸਾਰਾ ਚਟਾ-ਚਟਾ ਕਰ ਦਿੰਦਾ ਬੰਪਰ ਵੀ ਸਾਰਾ ਚਟਾ-ਚਟਾ ਕਰ ਦਿੰਦਾ ਡੈਫ ਦਾ ਇਦਾਂ ਦਾ ਹਿਸਾਬ ਤავਝਾ ਹੁੰਦਾ ਕੈਮੀਕਲ ਇਦਾਂ ਦਾ ਹੁੰਦਾ ਸਾਰਾ ਚਟਾ ਕਰ ਦਿੰਦਾ ਹੁਣ ਅਸੀਂ ਜਦੋਂ ਪਾਉਨੇ ਆ ਹੁਣ ਪਹਿਲਾਂ ਹੀ ਇੱਕ ਟੇਪ ਲਾ ਕੇ ਨਾ ਕਾਟਨ ਦੀ ਟੇਪ ਲਾ ਕੇ ਪਹਿਲਾਂ ਹੀ ਇੱਥੇ ਕੋਈ ਕੱਪੜਾ ਜਾਂ ਕੋਈ ਚੀਜ਼ ਲਾ ਕੇ ਤੇ ਫਿਰ ਡੈਫ ਆਪਾਂ ਫੁੱਲ ਕਰਦੇ ਆ ਹਜੇ ਤੱਕ ਮੈਨੂੰ ਲੱਗਦਾ ਆਪਾਂ ਦੋ ਵਾਰ ਡੈਫ ਫੁੱਲ ਕੀਤਾ ਵਾ ਇੱਕ ਇਹਦੇ ਵਿੱਚ ਜਿਹੜੀ ਹੋਰ ਪ੍ਰੋਬਲਮ ਆ ਇਹ ਹੀ ਮਿਊਜ਼ਿਕ ਸਿਸਟਮ ਜ ਉਹ ਤੁਹਾਨੂੰ ਮੈਂ ਦੱਸਦੇ ਰਹਿਣਾ ਉਹ ਵਿੱਚ ਦੀ ਪ੍ਰੋਬਲਮ ਆ ਜਾਂਦੀ ਹੈ ਕਿ ਉਹ ਕਦੇ-ਕਦੇ ਬੰਦ ਹੋ ਜਾਂਦਾ ਭਈ ਆਪੇ ਰੀਸਟਾਰਟ ਹੋ ਜਾਂਦਾ ਪਰ ਹੁਣ ਮੈਨੂੰ ਲੱਗਦਾ ਮਹੀਨੇ ਦੋ ਮਹੀਨੇ ਚ ਆਪੇ ਜਾਂ ਠੀਕ ਹੋ ਗਿਆ ਕੀ ਚੱਕਰ ਆ ਕੋਈ ਗੱਲ ਨਹੀਂ ਇੱਕ ਜਿਹੜੀ ਖਾਸ ਚੀਜ਼ ਇਹ ਦਿੱਤੀ ਹੈ ਟਪੀਐਮਐਸ ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ ਜਿਹੜਾ ਦਿੱਤਾ ਹੈ ਨਾ ਉਹਦਾ ਬਹੁਤ ਫਾਇਦਾ ਹੈ ਸਪੇਅਰ 휠 'ਚ ਵੀ ਲੱਗਿਆ ਹੋਇਆ ਚਾਰੇ ਵੀਲਾਂ ਦੇ ਵਿੱਚ ਲੱਗਿਆ ਹੋਇਆ ਜਦੋਂ ਇੱਚ ਹਵਾ ਘਟਦੀ ਆ ਮੇਰੇ ਸਾਨੂੰ 31 32 ਇਹਦੀ ਲਿਮਟ ਆ ਜਦੋਂ ਉਹ ਤੋਂ 1 ਪਾਉਂਡ ਵੀ ਘਟਦੀ ਹੈ ਉਦੋਂ ਹੀ ਸਿਗਨਲ ਦੇ ਦਿੰਦਾ ਕਿ ਬਈ ਤੁਹਾਡੀ ਹਵਾ ਘਟ ਗਈ ਆ ਇਹ ਚੀਜ਼ ਇੰਨੀ ਖਾਸ ਆ ਇੰਨੀ ਖਾਸ ਆ ਕਿ ਮਜ਼ਾ ਹੀ ਆ ਜਾਂਦਾ ਮੜ ਜੀ ਹਵਾ ਘਟਦੀ ਉਸੇ ਟਾਈਮ ਪਤਾ ਲੱਗ ਜਾਂਦਾ ਨਾਲੇ ਹਵਾ ਪੁਆਲੀ ਦੀ ਆ ਤੇ ਫਿਰ ਗੱਡੀ ਜਿਹੜੀ ਆ ਬਹੁਤ ਸੋਹਣੀ ਚੱਲਦੀ ਆ ਮੈਨੂੰ ਲੱਗਦਾ ਟੀਪੀਐਮਐਸ ਇਦਾਂ ਦਾ ਸਿਸਟਮ ਆ ਟਾਇਰ ਪ੍ਰੈਸ਼ਰ ਮੋਨਿਟਰ ਸਿਸਟਮ ਜਿਹੜਾ ਕਿ ਹਰੇਕ ਗੱਡੀ 'ਚ ਹੋਣਾ ਚਾਹੀਦਾ ਕਿਉਂਕਿ ਗੱਡੀ ਦੇ ਵਿੱਚ ਹਵਾ ਘਟਣ ਦੇ ਨਾਲ ਵੀ ਗੱਡੀ ਦੀ ਮਾਈਲੇਜ ਦਾ ਬਹੁਤ ਵੱਡਾ ਫਰਕ ਪੈਂਦਾ ਹੈ ਦੇਖੋ ਹੈੱਡਲਾਈਟ ਜਿਹੜੀ ਇਹਦੀ ਨਾ ਕਾਫੀ ਜ਼ਿਆਦਾ ਘੱਟ ਹੀ ਪਹਿਲਾਂ ਜਦੋਂ 100 ਨੰਬਰ ਬਲਬ ਪਵਾ ਲਿਆ ਨਾ ਇਹਦੇ ਚ ਉਹ ਵੀ ਪ੍ਰੋਬਲਮ ਦੂਰ ਹੋ ਗਈ ਹੁਣ ਹੈੱਡਲਾਈਟ ਦਾ ਥਰੋ ਬਹੁਤ ਤਗੜਾ ਹੈ ਇਹਦੇ ਤੇ ਆਪਾਂ ਕੋਈ ਐਕਸਟਰਾ ਐਕਸਟਰਾ ਕੋਈ ਵੀ ਰਿਲੇ ਨਹੀਂ ਲਾਈ ਫੋਗ ਲਾਈਟਾਂ ਜਿਹੜੀਆਂ ਨੇ ਉਹੋ ਹੀ ਨੇ ਹਾਲਾਂਕਿ ਹੁਣ ਆਪਾਂ ਚੇਂਜ ਕਰਾ ਸਕਦੇ ਹਾਂ ਕਿਉਂਕਿ ਅੱਗੇ ਧੁੰਦਾਂ ਦਾ ਮੌਸਮ ਆ ਜਾਣਾ ਧੁੰਦ ਪਿਆ ਕਰਨੀ ਹੈ ਸਿਆਲ ਆ ਗਿਆ ਫਿਰ ਆਪਾਂ ਇਹਦੇ ਤੇ ਉਹ ਕਰਾਵਾਂਗੇ ਤੇ ਬਾਕੀ ਇਹ ਗ੍ਰਿਲ ਜਿਹੜੀ ਆਫਟਰ ਮਾਰਕੀਟ ਲਾਈ ਹੈ ਇਹ ਵੀ ਠੀਕ ਰਹੀ ਹੈ ਕਈਆਂ ਦੇ ਕਲਰ ਖਰਾਬ ਹੋ ਜਾਂਦੇ ਆ ਸਾਡਾ ਹ ਗਾਹ ਦਾ ਕਹਿ ਨਹੀਂ ਸਕਦੇ ਇਹ ਕਹ ਰੰਗ ਦੀ ਗੱਲ ਵੀ ਹੈ ਦੇਖੋ ਬਲੈਕ ਕਲਰ ਜਿਹੜਾ ਨਾ ਬਹੁਤ ਜ਼ਿਆਦਾ ਥਾਰ ਦੇ ਵਿੱਚ ਹੈਗਾ ਆਮ ਹੀ ਬਸ 90% ਮਿਲਦਾ ਥਾਰਾਂ ਬਲੈਕ ਹੀ ਨੇ ਇਹ ਕਲਰ ਲੈਣ ਦਾ ਕਾਰਨ ਹੀਗਾ ਕਿ ਥੋੜਾ ਜਿਹਾ ਵੱਖਰਾ ਕਲਰ ਹੀ ਔਰ ਇਹ ਕਲਰ ਦੀ ਕੁਆਲਿਟੀ ਬੜੀ ਵਧੀਆ ਰਹੀ ਹੈ ਇਹ ਮੈਟੈਲਿਕ ਹੈ ਗ੍ਰੇ ਮੈਟੈਲਿਕ ਜਿਹਾ ਕਲਰ ਹੈ ਤੇ ਇਹ ਤੁਸੀਂ ਦੇਖੋ ਹਜੇ ਤੱਕ ਪੂਰੀ ਸ਼ਾਈਨ ਮਾਰਦਾ ਐਕਸਟਰਾ ਇਹਦੀ ਕੇਅਰ ਕੋਈ ਨਹੀਂ ਕੀਤੀ ਜਾਂਦੀ ਇਹਦੇ ਤੇ ਕੋਈ ਕੈਮੀਕਲ ਨਹੀਂ ਹਜੇ ਤੱਕ ਅਸੀਂ ਲਾਇਆ ਕੋਈ ਪਾਲਿਸ਼ ਨਹੀਂ ਮਾਰਦੇ ਕੱਖ ਨਹੀਂ ਕਰਦੇ ਇਹਨੂੰ ਇਹ ਜਿੱਦਾਂ ਦਾ ਹੈ ਉਦਾਂ ਦਾ ਹੀ ਹੈ ਪਰ ਵਧੀਆ ਰਿਹਾ ਬਹੁਤ ਫਿੱਟ ਰਿਹਾ ਕਈ ਲੋਕ ਬੰਪਰ ਤੇ ਵੀ ਪੇਂਟ ਕਰਾ ਲੈਂਦੇ ਆ ਅਸੀਂ ਉਦਾਂ ਦਾ ਕੁਝ ਨਹੀਂ ਕਰਾਇਆ ਹਜੇ ਤੱਕ ਸਾਰੀ ਗੱਡੀ ਆਲਮੋਸਟ ਜਿਹੜੀ ਆ ਸਟਾਕ ਹੀ ਆ ਸਟਾਕ ਹੀ ਸਾਰੇ ਕੁਝ ਪਿਆ ਇਹਦੇ ਚ ਐਕਸਟਰਾ ਕੁਝ ਵੀ ਨਹੀਂ ਕੀਤਾ ਦੇਖੋ ਜੇ ਤੁਸੀਂ ਘਰ ਚ ਚਾਰ ਮੈਂਬਰ ਚਾਰ ਜੀ ਟਰੈਵਲ ਕਰ ਰਹੇ ਹੋ ਫਿਰ ਟਰੈਵਲ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਹੈਗੀ ਪਰ ਇੱਕ ਚੀਜ਼ ਤੁਹਾਨੂੰ ਮੈਂ ਦਿਖਾ ਦਿਆਂ ਕਿ ਆ ਤੁਸੀਂ ਛਾਤੀ ਮਾਰੋ ਇਹਦੇ ਵਿੱਚ ਇਹ ਬੂਫਰ ਦਾ ਜਿਹੜਾ ਸਾਈਜ਼ ਹੈ ਨਾ ਇਹ ਬਹੁਤ ਪਤਲਾ ਹੈ ਇਹ ਨਾ ਸੋਚੋ ਕਿ ਏਡਾ ਡਾ ਡਾ ਬੂਫਰ ਰੱਖਿਆ ਆ ਆ ਦੇਖੋ ਆ ਇੰਨਾ ਕਚੌੜਾ ਬੂਫਰ ਤੇ ਥੱਲੋਂ ਹੈਗਾ ਜੀ ਇੱਕ ਗਿੱਠ ਦਾ ਇੱਕ ਗਿੱਠ ਦਾ ਥੱਲੋਂ ਹੈ ਤੇ ਉੱਪਰ ਇੰਨਾ ਹੈ ਕੋ 4-5 ਇੰਚੀ ਹੈ ਤੇ ਇਹ ਬੂਫਰ ਆਇਆ ਤੇ ਇਹਦੇ ਨਾਲ ਆ ਛੋਟਾ ਜਿਹਾ ਬੈਗ ਆ ਜਾਂਦਾ ਟੂਲਾ ਤੇ ਇਹ ਛੋਟਾ ਜਿਹਾ ਇਹਦੇ ਚ ਸਾਡੀ ਪੈਂਚਰ ਕਿਟ ਵਗੈਰਾ ਸਾਰੀ ਗੱਡੀ ਚ ਆਪਾਂ ਰੱਖਦੇ ਆ ਇਹ ਆ ਜਾਂਦਾ ਤੇ ਆ ਸੀਟਾਂ ਇੱਥੇ ਨੇ ਆ ਵੇਖ ਲਓ ਮੇਰੇ ਇੱਕ ਹੱਥ ਜਿੰਨੀ ਸਪੇਸ ਆ ਇੰਨੀ ਕ ਕਹਿਣ ਦਾ ਭਾਵ ਕਿ ਜੇ ਤੁਸੀਂ ਚਾਰ ਬੰਦਿਆਂ ਨੇ ਨਾਲ ਸਮਾਨ ਖੜਨਾ ਫਿਰ ਤਾਂ ਤੁਸੀਂ ਭੁੱਲ ਜੋ ਸਮਾਨ ਨਹੀਂ ਨਾਲ ਖੜ ਸਕਦੇ ਫਿਰ ਤੁਹਾਨੂੰ ਕੀ ਹੈ ਕਿ ਇਹ ਜਿਹੜੀ ਸੀਟ ਆ ਇਹ ਫੋਲਡ ਕਰਨੀ ਪੈਗੀ ਚਾਹੇ ਇੱਕ ਕਰੋ ਚਾਹੇ ਦੂਜੀ ਸੀਟ ਫੋਲਡ ਕਰੋ ਫਿਰ ਸਮਾਨ ਆਊਗਾ ਚਾਰ ਜੀ ਉਦਾਂ ਜਾ ਸਕਦੇ ਆ ਪਰ ਸਮਾਨ ਰੱਖ ਕੇ ਤੁਸੀਂ ਟਰੈਵਲ ਇਹਦੇ ਤੇ ਨਹੀਂ ਕਰ ਸਕਦੇ ਉਦਾਂ ਤੁਸੀਂ ਆਮ ਚਾਰ ਜੀ ਚੱਲ ਜਿਓ ਤੁਹਾਨੂੰ ਬਹੁਤ ਵਧੀਆ ਰਹੂਗਾ ਕੋਈ ਪ੍ਰੋਬਲਮ ਨਹੀਂ ਆਉਂਦੀ ਸਪੇਸ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਵਧੀਆ ਆਨੰਦ ਮੇ ਗੱਡੀ ਹੈਗੀ ਆ ਪਰ ਸਮਾਨ ਦੇ ਨਾਲ ਤੁਹਾਡਾ ਜਿਹੜਾ ਜਾਣਾ ਬਹੁਤ ਜ਼ਿਆਦਾ ਮੁਸ਼ਕਿਲ ਆ ਫਿਰ ਮਤਲਬ ਤੁਸੀਂ ਦੇਖੋਗੇ ਗਾਲਾਂ ਹੀ ਪੈਣਗੀਆਂ ਤੁਹਾਨੂੰ ਕਰੋ ਫਿਰ ਇੱਚ ਜੇ ਸਮਾਨ ਦੀ ਪ੍ਰੋਬਲਮ ਕੋਈ ਹੱਲ ਕਰਨੀ ਆ ਤੇ ਇੱਕ ਨਾ ਰੂਫ ਕੈਰੀਅਰ ਇੰਨਾ ਕੁ ਲੱਗ ਜਾਂਦਾ ਇਹਦੇ ਵਿੱਚ ਛੋਟਾ ਜਿਹਾ ਉਹ ਪੂਰਾ ਉੱਤੇ ਕਵਰ ਕਰਦਾ ਉਹਦੇ ਵਿੱਚ ਤਿੰਨ ਚਾਰ ਬੈਗ ਉੱਤੇ ਆ ਜਾਂਦੇ ਆ ਦੇਖੋ ਐਦਾਂ ਦੀ ਗੱਡੀ ਐ ਜਿਹੜੀ ਕਿ ਮੁੰਡਿਆਂ ਨੂੰ ਬਹੁਤ ਪਸੰਦ ਆ ਕੁੜੀਆਂ ਨੂੰ ਯੂਥ ਨੂੰ ਜਿਹੜੇ ਮੇਰੇ ਵਰਗੇ ਕੋਈ ਹੈਗੇ ਮੇਰੀ ਕੁਮਰ ਦੇ ਉਹਨਾਂ ਨੂੰ ਵੀ ਬੜੀ ਜ਼ਿਆਦਾ ਪਸੰਦ ਆ ਯਾਨੀ ਕਿ ਬੰਦੇ ਤੇ ਤੁਸੀਂ 50 60 ਸਾਲ ਦੀ ਉਮਰ ਤੱਕ ਵੀ ਲੋਕਾਂ ਨੂੰ ਪਸੰਦ ਆ ਜਿਹੜੇ ਇਕੱਲੇ ਟਰੈਵਲ ਕਰਦੇ ਆ ਪਰ ਜੇ ਤੁਹਾਡੇ ਘਰ ਦੇ ਤੁਹਾਡੇ ਨਾਲ ਬਹਿੰਦੇ ਆ ਫਿਰ ਤੇ ਤੁਹਾਨੂੰ ਘਰ ਤੋਂ ਮਿਲਨੀ ਆ ਜੇ ਗਾਲਾਂ ਹੀ ਜੇ ਤੁਹਾਡੀ ਮਾਤਾ ਜਾਂ ਪਰਿਵਾਰ ਚ ਹੋਰ ਕੋਈ ਬੀਬੀ ਲੇਡੀ ਆ ਫਿਰ ਵੀ ਤੁਹਾਨੂੰ ਸਿਰਫ ਗਾਲਾਂ ਹੀ ਪੈਣੀਆਂ ਐ ਗੱਡੀ ਤੋਂ ਕੋਈ ਬਹੁਤਾ ਤੁਹਾਨੂੰ ਸੰਤੁਸ਼ਟ ਨਹੀਂ ਕਰ ਪਾਣਾ ਅਗਲੀ ਗੱਲ ਕਰ ਲਈਏ ਹੁਣ ਆਰਮ ਰੈਸਟ ਇਹ ਵੀ ਇੱਕ ਬੜੀ ਤਗੜੀ ਕਮੀ ਐ ਸੈਂਟਰ ਚ ਆਰਮ ਰੈਸਟ ਨਹੀਂ ਲੱਗਿਆ ਜੇ ਆਪਾਂ ਡੀਲਰਸ਼ਿਪ ਤੋਂ ਲਵਾਉਨੇ ਆ ਤੇ ਉਹ ਤਕਰੀਬਨ 33500 ਦੇ ਕਰੀਬ ਹੁੰਦਾ ਆਰਮ ਰੈਸਟ ਸੈਂਟਰ ਵਾਲਾ ਜੇ ਆਪਾਂ ਸੈਂਟਰ ਆਰਮ ਰੈਸਟ ਲਾ ਲੈਨੇ ਆ ਤੇ ਫਿਰ ਉੱਚ ਜਿਹੜੀ ਕੱਪ ਵਾਲੀ ਸਪੇਸ ਆ ਉਹ ਖਤਮ ਹੋ ਜਾਂਦੀ ਐ ਔਰ ਪਿਛਲੇ ਜਿਹੜੇ ਆਰਮ ਰੈਸਟ ਆ ਜਿਹੜੇ ਤੁਹਾਨੂੰ ਮ ਉਹ ਮੈਂ ਕਿਉਂ ਨਹੀਂ ਲਵਾਏ ਉਹ ਤੁਹਾਨੂੰ ਰੀਜ਼ਨ ਦੱਸਿਆ ਹੈਗਾ ਤੇ ਇੱਕ ਹੋਰ ਵੱਡਾ ਕਾਰਨ ਆਉਦਾ ਕਿ ਜਦੋਂ ਉਹ ਆਮ ਰੈਸਟਰ ਆਗੇ ਤੇ ਉਹਦੇ ਵਿੱਚ ਕੀ ਹੈ ਕਿ ਮੰਨ ਲਓ ਹੁਣ ਕਿਤੇ ਸਮਾਨ ਵੱਧ ਰੱਖਣਾ ਪਿਆ ਜਾਂ ਤਿੰਨ ਬੰਦੇ ਬੈਠਣੇ ਪਏ ਤੇ ਫਿਰ ਉਹਦੇ ਨਾਲ ਬਿਲਕੁਲ ਨਹੀਂ ਪੈਂਦੇ ਕਿਉਂਕਿ ਉਹਦੇ ਵਿੱਚ ਇੰਨੀ-ਇੰਨੀ ਜਗ੍ਹਾ ਦੋਨੇ ਪਾਸਿਓਂ ਘੇਰੀ ਜਾਂਦੀ ਆ ਤੇ ਹੁਣ ਤੇ ਬੜੀ ਖੁੱਲੀ ਡੁੱਲੀ ਆ ਤੇ ਫਿਰ ਉਹ ਜਗ੍ਹਾ ਵੀ ਘਟ ਜਾਂਦੀ ਆ ਅੱਗੇ ਆ ਜੀਏ ਹੁਣ ਮੇਨ ਗੱਲ ਤੇ ਮੇਨ ਮੁੱਦਾ ਫਿਊਲ ਖਰਚਾ ਕਿੰਨਾ ਤੇਲ ਕਿੰਨਾ ਖਾਂਦੀ ਆ ਐਵਰੇਜ ਕਿੰਨੀ ਦਿੰਦੀ ਆ ਸਭ ਤੋਂ ਜ਼ਰੂਰੀ ਉਹ ਚੀਜ਼ ਆ ਦੇਖੋ ਗੱਡੀ ਦਾ ਇੰਜਨ ਆ 1500 ਸੀਸੀ 300 ਨਿਊਟੋਨ ਮੀਟਰ ਟਾਰਕ ਪਾਵਰਫੁਲ ਬਹੁਤ ਆ ਹੁਣ ਖਰਚਾ ਤੇਲ ਦਾ 1500 ਸੀਸੀ ਦੇ ਹਿਸਾਬ ਨਾਲ ਘਟਣਾ ਚਾਹੀਦਾ ਹੈ ਪਰ ਇਹਦਾ ਖਰਚਾ ਬਹੁਤ ਜ਼ਿਆਦਾ ਹੈ ਜਿਆਦਾ ਇਹਦੇ ਇੰਜਨ ਦੇ ਹਿਸਾਬ ਨਾਲ ਮੈਂ ਜ਼ਿਆਦਾ ਕਹਿ ਰਿਹਾ ਉਦਾਂ ਨਹੀਂ ਜ਼ਿਆਦਾ ਮੈਂ ਤੁਹਾਨੂੰ ਸ਼ੁਰੂਆਤੀ ਦਿਨਾਂ ਚ ਵੀ ਇਹਦੀ ਮਾਈਲੇਜ ਦੱਸੀ ਸੀ ਹੁਣ ਇਸ ਟਾਈਮ ਜਿਹੜੀ ਮਾਈਲੇਜ ਦੇ ਰਹੀ ਆ ਏਸੀ ਲਾ ਕੇ ਵੱਧ ਤੋਂ ਵੱਧ ਮੈਕਸਿਮਮ ਜਿਹੜੀ ਇਹਦੀ ਹੈ ਗੱਡੀ ਨਾ ਮੈਕਸਿਮਮ ਉਹ 14 ਪੁਆਇੰਟ ਕੁਛ ਕੱਢੀ ਆ ਮੈਕਸਿਮਮ ਹਜੇ ਤੱਕ ਕੱਢੀ ਆ ਅੱਗੇ ਜਾ ਕੇ ਘਟਦੀ ਹੈ ਵਾਧਦੀ ਹੈ ਉਹ ਪਤਾ ਨਹੀਂ ਐਗਜ਼ੈਕਟ ਫਿਗਰ ਕੀ ਆਉਂਦੀ ਆ ਪਰ ਫਿਲਹਾਲ ਦੀ ਘੜੀ 14 ਪੁਆਇੰਟ ਕੁਛ 14.5 ਤੱਕ ਕੱਢੀ ਆ ਤੇ ਜੇ ਉਦਾਂ ਪੂਰੀ ਦੇਖ ਲਈਏ ਤੇ ਆਮ ਤੌਰ ਤੇ ਇਹ 13.5 ਦੀ ਦਿੰਦੀ ਆ 13 13.5 14 ਤੱਕ ਦਿੰਦੀ ਆ ਪਰ ਵੱਧ ਤੋਂ ਵੱਧ 14.5 ਦੀ ਹਜੇ ਤੱਕ ਇਹਨੇ ਮਾਈਲੇਜ ਦਿੱਤੀ ਆ ਇਹਦੇ ਤੋਂ ਵੱਧ ਥਾਰ ਨੇ ਕਦੇ ਵੀ ਹਾਡੇ ਵਾਲੀ ਨੇ ਮਾਈਲੇਜ ਨਹੀਂ ਦਿੱਤੀ ਲੋਕੀ ਗੱਪਾਂ ਬਹੁਤ ਸੁਣਾਉਂਦੇ ਆ ਇੰਨੀ ਦਿੰਦੀ ਆ ਉਨੀ ਦਿੰਦੀ ਕੁਛ ਨਹੀਂ ਦਿੰਦੀ ਜੋ ਐਕਚੁਅਲ ਚ ਦਿੰਦੀ ਹੈ ਉਹੀ ਤੁਹਾਨੂੰ ਦੱਸ ਰਿਹਾ ਤੇ ਬਾਕੀ ਇੱਕ ਹੋਰ ਵੀ ਗੱਲ ਹੈ ਕਿ ਮਾਈਲੇਜ ਜਿਹੜੀ ਹੈ ਨਾ ਆਰ ਡਬਲਯੂ ਡੀ ਫੋਰ व्हीਲ ਡਰਾਈਵ ਦੋਨਾਂ ਗੱਡੀਆਂ ਦੀ ਨਾ ਐਸਟੀਮੇਟਿਡ ਸੇਮ ਹੀ ਆ ਕਿਉਂਕਿ ਕੰਪਨੀ ਵੀ ਐਸੀ ਕਹਿੰਦੀ ਹੈ ਕਿ ਦੋਨਾਂ ਦੀ ਲਗਭਗ ਬਰਾਬਰ ਆ ਤੇ ਟਾਰਕ ਇਹਦਾ ਜ਼ਿਆਦਾ ਹੈ ਜਿਹਦੇ ਕਰਕੇ ਕਾਫੀ ਜ਼ਿਆਦਾ ਪਾਵਰਫੁਲ ਮਹਿਸੂਸ ਹੁੰਦੀ ਹੈ ਚੜਾਈਆਂ ਜਿੰਨੀਆਂ ਮਰਜ਼ੀ ਇਹਦੇ ਕੋਲ ਚੜਾ ਲਓ ਬਹੁਤ ਵਧੀਆ ਚੜ ਜਾਂਦੀ ਹੈ ਜਦੋਂ ਇਹਦੀ ਪਹਿਲੀ ਸਰਵਿਸ ਹੋਈ 10000 ਕਿਲੋਮੀਟਰ ਦੀ ਉਸ ਤੋਂ ਪਹਿਲਾਂ ਜਿਹੜੀ ਇਹਦੀ ਸਕਰੀਨ ਤੇ ਮੀਟਰ ਦੇ ਉੱਤੇ ਮਾਈਲੇਜ ਆਉਂਦੀ ਹੈ ਨਾ ਉਹ 14 ਸਮਥਿੰਗ ਦੀ ਜਦੋਂ ਉਹਨਾਂ ਨੇ ਬਾਅਦ ਚ ਸਰਵਿਸ ਕੀਤੀ ਉਸ ਤੋਂ ਬਾਅਦ ਅਪਡੇਟ ਕੀਤਾ ਕੋਈ ਸਿਸਟਮ ਦੇ ਵਿੱਚ ਉਸ ਤੋਂ ਬਾਅਦ ਹੁਣ ਮੀਟਰ ਦੇ ਉੱਤੇ 16.5 ਦੀ ਆਉਣ ਲੱਗ ਗਈ ਹੈ ਯਾਨੀ ਕਿ ਉਹ ਜੋ ਸਾਨੂੰ ਦਿਖਾ ਰਹੇ ਹਨ ਉਹ ਮਹਿੰਦਰਾ ਦੇ ਆਪਣੇ ਕੰਟਰੋਲ ਚ ਆ ਜਦੋਂ ਤੁਸੀਂ ਸਰਵਿਸ ਕਰਾਉਣ ਜਾਂਦੇ ਹੋ ਤੇ ਤੁਹਾਨੂੰ ਕਿੱਥੇ ਕੀ ਵਹਿਮ ਪਾ ਕੇ ਰੱਖਣਾ ਉਹ ਉਹਨਾਂ ਦੇ ਕੰਟਰੋਲ ਚ ਐਕਚੁਅਲ ਚ ਜੋ ਮਾਈਲੇਜ ਦਿੰਦੀ ਹੈ ਉਹ ਤੁਹਾਨੂੰ ਮੈਂ ਦੱਸਦਾ ਅਕੇ ਆ ਜੀ ਹੁਣ ਮੁੱਦੇ ਦੀ ਗੱਲ ਕਿ ਇਹ ਗੱਡੀ ਲੈਣ ਵਾਲੀ ਹੈ ਨਹੀਂ ਹੈ ਦੇਖੋ ਸਭ ਤੋਂ ਪਹਿਲਾਂ ਤੇ ਹੈ ਕਿ ਜੇ ਤੁਹਾਨੂੰ ਇਹ ਸ਼ੇਪ ਪਸੰਦ ਆ ਤੇ ਤੁਸੀਂ 5 ਡੋਰ ਥਾਰ ਯਾਨੀ ਕਿ ਥਾਰ ਰੌਕਸ ਵੱਲ ਜਾ ਸਕਦੇ ਹੋ ਜੇ ਤੁਸੀਂ ਇਹਨੂੰ ਪ੍ਰੈਕਟੀਕਲ ਕਾਰ ਬਣਾਉਣਾ ਹੈ ਪਰਿਵਾਰ ਚ 4-5 ਜਾਣੇ ਹੈਗੇ ਆ ਤੇ ਉਹ ਗੱਡੀ ਚ ਆਉਣ ਜਾਣ ਕਰਨਾ ਚਾਹੁੰਦੇ ਆ ਫਿਰ ਤੁਸੀਂ ਉਹਨੂੰ ਖਰੀਦ ਸਕਦੇ ਹੋ ਪਰ ਜ਼ਿਆਦਾਤਰ ਲੋਕਾਂ ਨੂੰ ਥਾਰ ਰੌਕਸ ਦੀ ਸ਼ੇਪ ਨਹੀਂ ਪਸੰਦ ਆਈ ਸਾਈਡ ਤੋਂ ਪਿੱਛੋਂ ਨਹੀਂ ਪਸੰਦ ਆਈ ਫੀਚਰਸ ਬਹੁਤ ਵਧੀਆ ਸੀ ਲੁੱਕ ਵੀ ਬੜੀ ਸੋਹਣੀ ਅੱਗੋਂ ਲੱਗੀ ਹੈ ਫੀਚਰਸ ਵਧੀਆ ਸੀ 5 ਦਰਵਾਜ਼ੇ ਵੀ ਦੇ ਦਿੱਤੇ ਫੈਸਿਲਟੀਆਂ ਜ਼ਿਆਦਾ ਕਰ ਦਿੱਤੀਆਂ ਜੋ ਇਹਦੇ ਚ ਕਮੀਆਂ ਸੀ ਦੂਰ ਕਰ ਦਿੱਤੀਆਂ ਜਿਵੇਂ ਕਿ ਉਹ ਫਿਊਲ ਕੈਪ ਵਾਲੀ ਸੀ ਆਰਮ ਰੈਸਟ ਵਾਲੀ ਸੀ ਸਨ ਰੂਫ ਲਾਤਾ ਸਾਰੀਆਂ ਕਮੀਆਂ ਦੂਰ ਕਰਤੀਆਂ ਜਿੱਦਾਂ ਇਹ ਟਾਪ ਹੀ ਇਹ ਪਲਾਸਟਿਕ ਦਾ ਫਾਈਬਰ ਦਾ ਹੀ ਉਹਦੇ ਵਿੱਚ ਤੁਹਾਨੂੰ ਸਟੀਲ ਦਾ ਦੇ ਦਿੱਤਾ ਸੋ ਉਹ ਹਾਰਟ ਟਾਪ ਕਰਤੀ ਯਾਨੀ ਕਿ ਉਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਕਰ ਦਿੱਤੀਆਂ ਦੂਰ ਤੇ ਉਹਨਾਂ ਕ ਚੀਜ਼ਾਂ ਕਰਕੇ ਠੀਕ ਆ ਪਰ ਜਿਹੜਾ ਇੱਕ ਮੁੰਡਿਆਂ ਵਾਲਾ ਟਾ ਟੱਪਾ ਹੈ ਨਾ ਜਿਹੜਾ ਯੰਗਸਟਰ ਦੀ ਹੈ ਪਹਿਲੀ ਪਸੰਦ ਹੀ ਜਿਹੜੀ ਆ ਗੱਡੀ ਇਹ ਦੇਖੋ ਜਿੱਦਾਂ ਸਾਈਡ ਸ਼ੇਪ ਹੈ ਨਾ ਇਹਦੀ ਬਹੁਤ ਸੋਹਣੀ ਲੱਗਦੀ ਹੈ ਸ਼ੀਸ਼ਾ ਬਹੁਤ ਸੋਹਣਾ ਲੱਗਦਾ ਪਿੱਛੋਂ ਗੱਡੀ ਸੋਹਣੀ ਲੱਗਦੀ ਹੈ ਇੱਕ ਮੈਂ ਫੋਟੋ ਚਲਾ ਦਿੰਨਾ ਥਾਰ ਰੌਕਸ ਦੀ ਪਿਛਲੇ ਸਾਈਡ ਦੀ ਫੋਟੋ ਦੇਖ ਲਓ ਤੇ ਥਾਰ ਸਿੰਪਲ ਤੇ ਪਰ ਜਿਹੜੀ ਹੁਣ ਅੱਜ ਦੇ ਸਮੇਂ 'ਚ ਹੁਣ 5 ਡੋਰ ਤੱਕ ਹੁਆ ਹੀ ਇੰਨਾ ਬਣਾ ਦਿੱਤਾ ਸੀ ਤੁਸੀਂ ਇਹ ਦੇਖੋ ਕਿ ਜਿੰਨੇ ਵੀ ਸਾਡੀ ਲਾਈਨ ਦੇ ਯੂਟਿਊਬਰ ਨੇ ਇਨਫਲੂਐਂਸਰ ਨੇ ਜਿਹੜੇ-ਜਿਹੜੇ ਗੱਡੀਆਂ ਦੇ ਰਿਵਿਊ ਦਿੰਦੇ ਰਹਿੰਦੇ ਨੇ ਕਿਸੇ ਨੇ ਵੀ ਹਜੇ ਤੱਕ ਨਹੀਂ ਕਿਸੇ ਨੇ ਵੀ ਸਾਡੇ ਨਾਲ ਦੇ ਸਾਥੀ ਨੇ ਥਾਰ ਰੌਕਸ ਨਹੀਂ ਖਰੀਦੀ ਹਾਲਾਂਕਿ ਸਾਨੂੰ 19 ਤਰੀਕ ਨੂੰ ਥਾਰ ਰੌਕਸ ਦੀ ਡਿਲੀਵਰੀ ਮਿਲਣ ਜਾ ਰਹੀ ਹੈ ਉਹ ਜਦੋਂ ਮਿਲੇਗੀ ਮੈਂ ਤੁਹਾਨੂੰ ਸਾਰੀ ਦਿਖਾ ਦਾਂਗਾ ਉਹਦੇ 'ਚ ਵੀ ਆਪਾਂ ਕੰਪਲੀਟ ਰਿਵਿਊ ਥਾਰ ਰੌਕਸ ਦਾ ਕਰਾਂਗੇ ਹੁਣ ਇਹ ਵੀ ਗੱਡੀ ਆਪਾਂ ਵੇਚ ਦੇਣ ਲੱਗੇ ਸੱਚਾਈ ਇਹੋ ਹੀ ਆ ਕਿ ਜਿਹੜਾ ਅਸੀਂ ਇਹਦੇ ਤੇ ਬਹੁਤਾ ਵਰ ਇਸ ਗੱਡੀ ਨੂੰ ਆਪਾਂ ਸੇਲ ਕਰ ਦੇਣ ਲੱਗੇ ਸੀ ਜਦੋਂ ਥਾਰ ਰੌਕਸ ਆਉਣ ਵਾਲੀ ਸੀ ਨਾ ਤੇ ਮੈਂ ਡੀਲਰਸ਼ਿਪ ਨੂੰ ਕਹਿ ਦਿੱਤਾ ਸੀ ਕਿ ਇਹ ਗੱਡੀ ਸਾਡੀ ਕੱਢ ਦਿਓ ਸਾਨੂੰ ਥਾਰ ਰੌਕਸ ਦੇ ਦਿਓ ਪਰ ਜਦੋਂ ਆਪਾਂ ਉਹਦੀ ਲੁੱਕ ਦੇਖੀ ਜਦੋਂ ਸਾਈਡ ਤੋਂ ਦੇਖੀ ਪਿੱਛੋਂ ਦੇਖੀ ਤੇ ਬਿਲਕੁਲ ਵੀ ਚੰਗੀ ਨਹੀਂ ਲੱਗੀ ਮਜ਼ਾ ਹੀ ਨਹੀਂ ਆਇਆ ਗੱਡੀ ਦੇਖ ਕੇ ਥਾਰ ਰੌਕਸ ਤੇ ਫਿਰ ਵੀ ਇਸ ਟਾਈਮ ਵੀ ਜਿਹੜੀ ਯੰਗਸਟਰ ਦੀ ਪਹਿਲੀ ਪਸੰਦ ਆ ਉਹ ਥਾਰ 3 ਡੋਰ ਹੀ ਹੈਗੀ ਆ ਅੱਜ ਵੀ ਇਹਨੂੰ ਲੋਕੀ ਜਿਆਦਾ ਪਸੰਦ ਕਰ ਰਹੇ ਆ ਹਜੇ ਵੀ ਸੇਲ ਇਹਦੀ ਉਦਾਂ ਦੀ ਉਦਾਂ ਹੀ ਬਰਕਰਾਰ ਆ ਪਿਛਲੇ ਮਹੀਨੇ ਵੀ ਜਿਹੜਾ ਮਹੀਨਾ ਹੁਣੇ ਲੰਘ ਕੇ ਗਿਆ ਅਕਤੂਬਰ ਦਾ ਉਹਦੇ ਵਿੱਚ ਤਕਰੀਬਨ 7500 ਗੱਡੀਆਂ ਜਿਹੜੀਆਂ ਇਹ ਥਾਰ ਸੇਲ ਹੋਈਆਂ ਨੇ ਰੌਕਸ ਦੀਆਂ ਹੁਣ ਡਿਲੀਵਰੀਆਂ ਸਟਾਰਟ ਹੋਈਆਂ ਅਗਲੇ ਮਹੀਨੇ ਰੌਕਸ ਦਾ ਵੀ ਪਤਾ ਲੱਗ ਜੂਗਾ ਕਿੰਨੀਆਂ ਕਿ ਗੱਡੀਆਂ ਸਟਾਰਟ ਹੋਈਆਂ ਸੋ ਜੇ ਤੁਸੀਂ 4-5 ਜੀ ਘਰ ਦੇ ਟ੍ਰੈਵਲ ਕਰਨਾ ਚਾਹੁੰਦੇ ਹੋ ਤੇ ਫੇਰ ਤੁਸੀਂ ਲਓ ਥਾਰ ਰੌਕਸ ਪਰ ਜੇ ਤੁਸੀਂ ਮੁੰਡੇ-ਖੁੰਡੇ ਨੂੰ ਤੁਹਾਨੂੰ ਥਾਰ ਦਾ ਸ਼ੌਂਕ ਆ ਤੇ ਫੇਰ ਤੁਸੀਂ ਥਾਰ ਜਿਹੜੀ ਹੈ 3 ਡੋਰ ਹੀ ਲਓ ਪਾਵਰਫੁੱਲ ਗੱਡੀ ਆ ਐਵਰੇਜ ਜਿੰਨੀ ਕੀ ਦਿੰਦੀ ਆ ਤੁਹਾਨੂੰ ਦੱਸ ਦਿਤੀ ਆ ਕਮੀਆਂ ਜਿਹੜੀਆਂ 2-4 ਮੈਨੂੰ ਲੱਗੀਆਂ ਉਹ ਤੁਹਾਨੂੰ ਦੱਸ ਦਿਤੀਆਂ ਪ੍ਰੈਕਟੀਕਲ ਕਾਰ ਨਹੀਂ ਹੈਗੀ ਪਰ ਇਹ ਟਾਉ ਟੱਪੇ ਵਾਲੀ ਗੱਡੀ ਆ ਇਹ ਘੁੰਮਣ ਫੇਰਨ ਵਾਲੀ ਗੱਡੀ ਆ ਦਿਖਾਵੇ ਵਾਲੀ ਗੱਡੀ ਆ ਤੇ ਬੋਡੀ ਵੀ ਇਹਦੀ ਸੋਲਿਡ ਆ ਤੇ 5 ਸਟਾਰ ਰੇਟਿੰਗ ਵੀ ਇਹਦੀ ਹੈਗੀ ਆ ਇਹ ਚੀਜ਼ਾਂ ਸਾਰੀਆਂ ਇਹਦੇ ਵਿੱਚ ਚੰਗੀਆਂ ਵੀ ਹੈਗੀਆਂ ਨੇ ਬੁਰੀਆਂ ਵੀ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਵੀ ਤੁਹਾਨੂੰ ਦੱਸ ਦਿਤੀਆਂ ਦੂਜਾ ਇਹਦੇ ਤੇ ਆਫਰ ਚੱਲ ਰਿਹਾ ਸੀ ਇੱਕ ਬੜਾ ਤਗੜਾ ਉਹ ਹੁਣ ਆਫਰ ਨਹੀਂ ਹੈਗਾ ਬਿਲਕੁਲ ਵੀ ਨਹੀਂ ਹੈਗਾ ਹੌਣ ਸਗੋ ਕਈ ਗੱਡੀਆਂ ਜਿਹੜੀਆਂ ਇਹਦੀਆਂ ਲੇਟ ਵੀ ਮਿਲ ਰਹੀਆਂ ਨੇ ਸਕੀਮ ਸਕੂਮ ਤੁਹਾਨੂੰ ਕੋਈ ਨਹੀਂ ਜੇ ਹੁਣ ਮਿਲਨੀ ਹੈ ਕਿ ਜੇ ਹੁਣ ਇਹਨਾਂ ਕੋ ਅਵੇਲੇਬਲ ਆ ਕਿਸੇ ਡੀਲਰ ਕੋ ਜਿਆਦਾ ਸਟਾਕ ਖੜਾ ਤਾਂ ਉਹ ਤੁਹਾਨੂੰ ਆਫਰ ਦੇ ਦੇਗਾ ਨਹੀਂ ਤੇ ਤੁਹਾਨੂੰ ਗੱਡੀ ਜਿਹੜੀ ਆ ਉਹ ਵੇਟਿੰਗ ਤੇ ਹੀ ਮਿਲੇਗੀ ਫਿਲਹਾਲ ਦੀ ਕਿੜੀ ਸੋ ਇਹ ਸੀਗੀ ਸਾਰੀ ਗੱਲਬਾਤ ਥਾਰ 3 ਡੋਰ ਤੇ 18000 ਕਿਲੋਮੀਟਰ ਦਾ ਜਿਹੜਾ ਰਿਵਿਊ ਇਹ ਤੁਹਾਨੂੰ ਮੈਂ ਦੱਸਿਆ ਬਾਕੀ ਮੈਂ ਤੁਹਾਨੂੰ ਦੱਸਿਆ ਕਿ ਇਹਨੂੰ ਹਜੇ ਹੁਣ ਸਾਡਾ ਵੇਚਣ ਦਾ ਕੋਈ ਪ੍ਰੋਗਰਾਮ ਨਹੀਂ ਹੈਗਾ ਅਸੀਂ ਚਲਾ ਰਹੇ ਹਾਂ ਰੈਗੂਲਰ ਠੀਕ ਹੈ ਗੱਡੀ ਬਹੁਤ ਵਧੀਆ ਟੌ ਟੱਪੇ ਵਾਲੀ ਆ ਮਜ਼ਾ ਹੁੰਦਾ ਚਲਾਉਣ ਦਾ ਪਰ ਮਜ਼ਾ ਜੋ ਫੋਰਚਨਰ ਦਾ ਉਹ ਇਹਦਾ ਨਹੀਂ ਹੈ ਔਰ ਕੰਪੇਅਰ ਆਪਾਂ ਘਰ ਵੀ ਨਹੀਂ ਸਕਦੇ ਉਹਦਾ ਕਾਰਨ ਕੀ ਹੈ ਇਹ ਇੱਕ ਜੀਪ ਸੈਗਮੈਂਟ ਚ ਆ ਜਾਂਦੀ ਹੈ ਤੇ ਰਫ ਐਂਡ ਟਫ ਗੱਡੀ ਆ ਜਾਂਦੀ ਫੋਰਚਨਰ ਜਿਹੜਾ ਇੱਕ ਲਗਜ਼ਰੀ ਚ ਵੀ ਆ ਜਾਂਦੀ ਹੈ ਤੇ ਇੱਕ ਉੱਚੀ ਵੀ ਗੱਡੀ ਹੈ ਐਸਯੂਵੀ ਪ੍ਰੋਪਰ ਐਸਯੂ ਵੀ ਹੈ ਸੋ ਇਹਨਾਂ ਚੀਜ਼ਾਂ ਦਾ ਕਾਫੀ ਜ਼ਿਆਦਾ ਫਰਕ ਹੈ ਜੇ ਤੁਸੀਂ ਪਹਿਲਾਂ ਫੋਰਚਨਰ ਐਂਡ ਡੈਵਰ ਵਰਗੀਆਂ ਗੱਡੀਆਂ ਚਲਾਉਂਦੇ ਹੋ ਤਾਂ ਤੁਹਾਨੂੰ ਇਸ ਗੱਡੀ ਚਲਾਉਣ ਦਾ ਬਿਲਕੁਲ ਮਜ਼ਾ ਨਹੀਂ ਆਉਣਾ ਪਰ ਹੁਣ ਨਵੇਂ ਮੁੰਡਿਆਂ ਨੇ ਜਿਹੜੀ ਲਈ ਉਹਨਾਂ ਨੇ ਹਜੇ ਇੰਨਾ ਗੱਡੀਆਂ ਦਾ ਐਕਸਪੀਰੀਅੰਸ ਨਹੀਂ ਹੈਗਾ ਉਹਨਾਂ ਨੂੰ ਤਾਂ ਕਰਕੇ ਬਹੁਤ ਵ ਸੋ ਇਹ ਸੀਗੀ ਦੋਸਤੋ ਸਾਰੀ ਗੱਲਬਾਤ ਥਾਰ 3 ਡੋਰ ਤੇ ਤੇ ਫਿਰ ਅੱਗੇ ਮਿਲਾਂਗੇ ਨਵੀਂ ਰਿਵਿਊ ਨਾਲ ਜਦੋਂ 25000 ਚੱਲ ਜੂਗੀ ਤੇ ਫਿਰ ਵੀ ਤੁਹਾਡੇ ਨਾਲ ਗੱਲਬਾਤ ਸਾਰੀ ਸਾਂਝੀ ਕਰਾਂਗੇ ਕਿ ਇੰਨਾ ਕ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਅਗਲੀ ਸਰਵਿਸ ਦੀ 20000 ਤੇ ਹੋਣੀ ਹੈ ਜਦੋਂ ਹੋਏਗੀ ਉਦੋਂ ਤੁਹਾਨੂੰ ਮੈਂ ਦੱਸਦਾ ਕਿ ਖਰਚਾ ਇਹਦਾ ਕੀ ਹੁੰਦਾ ਸੋ ਵੀਡੀਓ ਕਾਫੀ ਜ਼ਿਆਦਾ ਲੰਬੀ ਹੋ ਗਈ ਹੈ ਜੇ ਹਜੇ ਤੱਕ ਤੁਸੀਂ ਦੇਖੀ ਹੈ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਤੇ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਸ਼ੁਕਰੀਆ